ਪਹਿਲਾਂ ਕੀ ਹਾਲ ਚਾਲ ਮੇਰੇ ਸਾਰੇ ਵਿਊਅਰ ਦਾ, ਕਦੇ ਕਦੇ ਮੇਰੇ 'ਚ ਇੱਧਰ ਆ ਜਾ ਤੂੰ ਮਾਈਕ ਕਿੱਧਰ ਫਿਰਦੇਗਾ ਹੈਂ, ਆਲ ਗੁੱਡ ਸਾਰੇ ਠੀਕ ਠਾਕ ਹੋ? ਅੰਡਰਟੇਕਰ ਆ ਗਏ ਸੀ ਸਿਰੇ ਸਿਰੇ ਰੈਸਲਿੰਗ ਦੇਖੀ, ਕੋਈ ਕੰਸੈਪਟ ਹੋ ਰਹੇ ਨਹੀਂ ਸੀਗਾ ਵਧੀਆ ਜਿਹਾ, ਮੈਂ ਕਿਹਾ ਆਇਲਸ ਸਪੀਕਿੰਗ ਦੀ ਵੀਡੀਓ ਬਣਾਉਣੀ ਹੈ ਯੁਵਾਕਾਂ ਨੂੰ ਡਰਾ ਕੇ ਬਣਾ ਦਈਏ, ਕਹਿਣ ਦਾ ਮਤਲਬ ਹੈ ਐਂ ਕਰ ਦਿਆ ਕਰਨਾ ਆਪਾਂ ਨੇ ਹੈਂ। ਜੇ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਅਤੇ ਅੱਜ ਮੈਂ ਪੜ੍ਹਾਊਂਗਾ ਕੰਪਲੀਟ ਸਪੀਕਿੰਗ ਦਾ ਟੈਸਟ। ਜੇ ਕੋਈ ਬੱਚਾ ਬਿਲਕੁਲ ਸਟਾਰਟਿੰਗ ਤੋਂ ਆਇਲਸ ਕਰ ਰਿਹਾ, ਜੇ ਕਿਸੇ ਬੱਚੇ ਨੂੰ ਲੱਗਦਾ ਕਿ ਉਹਨੂੰ ਆਇਲਸ ਜਾਂ ਸਪੀਕਿੰਗ ਦਾ ਕੱਖ ਵੀ ਨਹੀਂ ਪਤਾ, ਜਾਂ ਕੋਈ ਬੱਚਾ ਐਡਾ ਵੀ ਮਾਸਟਰ ਹੈ ਉਹਨੂੰ ਸਾਰਾ ਕੁਛ ਪਤਾ ਹੈਗਾ, ਤਾਂ ਅੱਜ ਦਾ ਵੀਡੀਓ ਉਹਦੇ ਲਈ ਇੰਨਾ ਕੁ ਕਮਾਲ ਦਾ ਹੋਣ ਵਾਲਾ। ਮੈਂ ਪਾਰਟ 1 ਕਿਵੇਂ ਕਰਨਾ ਉਹ ਦੱਸੂੰਗਾ, ਕਿਹੜੀਆਂ ਮਿਸਟੇਕਸ ਨਹੀਂ ਕਰਨੀਆਂ ਉਹ ਦੱਸੂੰਗਾ, ਪਾਰਟ 2 ਕਿਊ ਕਾਰਡ ਕਿਵੇਂ ਬਣਾਉਣਾ ਉਹ ਦੱਸੂੰਗਾ, ਅਤੇ ਫੋਲੋ ਅਪ ਕੁਸ਼ਚਨ ਹੈ, ਮਤਲਬ ਕੀ ਹੈ ਸਪੀਕਿੰਗ ਫੁੱਲ ਟੈਸਟ, ਬਸ ਗੱਲ ਖਤਮ। ਫੀਲ ਕਰੋਗੇ ਵੀ ਹਾਂ ਰਮਨ ਸਰ ਮਜ਼ਾ ਬਹੁਤ ਆਏਗਾ, ਅਤੇ ਬਸ ਠੀਕ ਹੈ ਕੋਈ ਚੱਕਰ ਨਹੀਂ, ਪੜ੍ਹਦੇ ਹਾਂ ਕੰਪਲੀਟ ਵੀਡੀਓ। ਅਤੇ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਮੇਰੀਆਂ ਔਨਲਾਈਨ ਕਲਾਸਿਸ ਵੀ ਅਵੇਲੇਬਲ ਨੇਗੀਆਂ, ਆਹ ਨੀਚੇ ਨੰਬਰ ਦਿੱਤਾ ਹੋਇਆ, ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ, ਮੈਂ ਤੁਹਾਡੀ ਹੈਲਪ ਕਰੂੰਗਾ। ਅਤੇ ਬਸ ਹੋਰ ਕੋਈ ਗੱਲਾਂ ਨਹੀਂ ਆ ਰਹੀਆਂ ਹਾਲੇ, ਚਲੋ ਚੱਲਦੇ ਹਾਂ ਫਿਰ ਆਪਣੇ ਅੱਜ ਦੇ ਟੈਸਟ ਆਈਐਲਸ ਸਪੀਕਿੰਗ ਵਾਲੇ ਪਾਸੇ। ਮੇਰਾ ਨਾਮ ਹੈ ਰਮਨ, ਕੰਮ ਮੇਰਾ ਆਈਐਲਸ, ਅਤੇ ਸਪੀਕਿੰਗ ਦਾ ਮੈਂ ਬਣਾਉਣ ਲੱਗਿਆ ਵੀਡੀਓ, ਕਮਾਲ ਕਰ ਦੂੰਗਾ ਕਮਾਲ, ਮਤਲਬ ਤੁਹਾਨੂੰ ਦਿਲੋਂ ਜੇ ਤੁਹਾਡੇ ਮੂੰਹ 'ਚੋਂ ਵਾਓ ਨਾ ਨਿਕਲਿਆ ਨਾ, ਮੈਂ ਰਮਨ ਨਹੀਂ ਹੈਗਾ। ਅਤੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਸਪੀਕਿੰਗ ਦੀ ਤਿਆਰੀ ਕਰਦਾ ਨਾ ਬੱਚਾ, ਉਹਨੂੰ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਆ, ਸਪੀਕਿੰਗ ਦੇ ਕਿੰਨੇ ਬੈਂਡ ਨੇ? 9 ਬੈਂਡ। ਅਤੇ ਸਭ ਤੋਂ ਵੱਡੀ ਗੱਲ ਹੈ, ਦੇਖੋ ਡਰ ਕੱਢਣਾ ਬੜਾ ਜ਼ਰੂਰੀ ਹੈ। ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਮੇਰੇ ਕੋਲ ਪਾਰਟ 1 ਹੈ, ਪਾਰਟ 2 ਹੈ, ਪਾਰਟ 3 ਹੈ, ਮਤਲਬ ਮੇਰੇ ਕੋਲ 3 ਪਾਰਟ ਨੇ ਸਪੀਕਿੰਗ ਦੇ, ਪੇਪਰ ਕਿਵੇਂ ਕਿਵੇਂ ਡਿਜ਼ਾਈਨ ਹੋਊਗਾ ਐਗਜ਼ਾਮਪਲ ਦੇ ਤੌਰ 'ਤੇ ਦੱਸਦਾ। ਲਾਈਕ ਪਾਰਟ 1 ਮੇਰੇ ਕੋਲ ਨੋਰਮਲ ਇੰਟਰੋਡਕਸ਼ਨ ਹੈ, ਮੇਰੀ ਇੰਟਰੋ, ਮੇਰੇ ਬਾਰੇ ਪੁੱਛੂਗਾ ਐਗਜ਼ਾਮੀਨਰ, ਤੈਨੂੰ ਕੀ ਖਾਣਾ ਪਸੰਦ ਹੈ, ਤੈਨੂੰ ਕਿੱਥੇ ਰਹਿਣਾ ਪਸੰਦ ਹੈ। ਮੈਂ ਤੁਹਾਨੂੰ ਇਹ ਕਹਿੰਦਾ ਭਾਵੇਂ ਤੁਸੀਂ ਇਹਦੇ 'ਚ ਨਾ 100% ਝੂਠ ਬੋਲੋ, ਕੋਈ ਪ੍ਰੋਬਲਮ ਨਹੀਂ, ਐਗਜ਼ਾਮੀਨਰ ਤੁਹਾਡੇ ਘਰ ਫੋਨ ਕਰਕੇ ਨਹੀਂ ਪੁੱਛਦਾ ਵੀ ਤੁਹਾਡਾ ਮੁੰਡਾ ਕੀਵੀ ਖਾਂਦਾ ਜਾਂ ਤੁਹਾਡੀ ਕੁੜੀ ਸਵਿਟਜ਼ਰਲੈਂਡ ਰਹਿੰਦੀ ਆ। ਹਾਂ, ਪਰ ਇਹ ਹੈ ਕਿ ਜਿਹੜਾ ਪਾਸਪੋਰਟ 'ਤੇ ਨਾਮ ਜੇ ਐਡਰੈਸ ਹੋਊਗਾ ਉਹ ਸਹੀ ਬੋਲਦੀ ਹੋ, ਹੱਥ ਜੋੜ ਕੇ ਕਿਤੇ ਕਹਿ ਦਿਓ ਮਾਸਟਰ ਨੇ ਕਿਹਾ ਸੀ ਵੀ ਝੂਠ ਬੋਲਣੇਗਾ, ਅਤੇ ਕਿਸੇ ਕੁੜੀ ਨੂੰ ਐਗਜ਼ਾਮੀਨਰ ਪੁੱਛੇ ਵਟਸ ਯੂਅਰ ਨੇਮ, ਕਹਿੰਦੇ ਜੂਹੀ ਚਾਵਲਾ, ਐਵੇਂ ਨਹੀਂ ਡਾਰਲਿੰਗ। ਤਾਂ ਕਹਿਣ ਦਾ ਮਤਲਬ ਹੈ ਕਿ ਜੋ ਤੁਹਾਡੀ ਲਾਈਫ ਹੈ ਉਹਦੇ ਬਾਰੇ ਜੋ ਵੀ ਪੁੱਛਿਆ ਜਾਣੇਗਾ ਉਹ ਪਾਰਟ 1 ਦੇ ਵਿੱਚ ਪੁੱਛਿਆ ਜਾਣਾ। ਇਹਦੇ ਅਪਰੋਕਸੀਮੇਟਲੀ ਜਿਹੜੇ ਬੈਂਡ ਨੇ ਉਹ 2 ਬੈਂਡ ਹੁੰਦੇ ਆ, ਅਤੇ ਜਿਹੜੇ ਇਹਦੇ ਕੁਸ਼ਚਨ ਨੇ ਉਹ ਅਪਰੋਕਸੀਮੇਟਲੀ 5 ਤੋਂ ਲੈ ਕੇ 10 ਕੁਸ਼ਚਨ ਤੱਕ ਵੀ ਪੁੱਛੇ ਜਾਂਦੇ ਨੇ। ਦੂਜੇ ਨੰਬਰ 'ਤੇ ਰਿਹਾ ਮੇਰੇ ਕੋਲ ਕਿਊ ਕਾਰਡ, ਕਿਊ ਕਾਰਡ, ਕਿਊ ਕਾਰਡ ਦਾ ਜੇ ਸੌਖੇ ਸ਼ਬਦਾਂ 'ਚ ਮੈਂ ਇਹਨੂੰ ਤੁਹਾਨੂੰ ਕਹਿਣਾ, ਇਹ ਹੁੰਦੀ ਹੈ ਇੱਕ ਸਟੋਰੀ, ਇੱਕ ਕਹਾਣੀ ਬਣਾਉਣੀ ਹੁੰਦੀ ਹੈ। ਅਤੇ ਇਹ ਵੀ ਗੱਲ ਸਾਫ਼ ਸ਼ਬਦਾਂ 'ਚ ਮੈਂ ਕਲੀਅਰ ਕਰਦਾ, ਸੱਚਾ ਝੂਠਾ ਮੈਟਰ ਹੀ ਨਹੀਂ ਕਰਦਾ, ਤੁਸੀਂ ਭਾਵੇਂ 100% ਇਹ ਸਟੋਰੀ ਨੂੰ ਐਵੇਂ ਇਮੈਜਿਨਰੀ ਸਟੋਰੀ ਬਣਾ ਦਿਓ, ਬਿਲਕੁਲ ਝੂਠੀ ਬਣਾ ਦਿਓ, ਤੁਹਾਨੂੰ ਕੋਈ ਅੱਖ ਚੱਕ ਕੇ ਨਹੀਂ ਕਹਿੰਦਾ ਵੀ ਆਹ ਕੀ ਕਰਤਾ, ਕਲੀਅਰ ਹੈਗਾ। ਅਤੇ ਨੰਬਰ 3 'ਤੇ ਜਿਹੜਾ ਹੈਗਾ ਪਾਰਟ 3, ਇਹ ਹੁੰਦੇ ਨੇ ਬਰੋ ਫੋਲੋ ਅਪਸ। ਫੋਲੋ ਅਪਸ ਦਾ ਮਤਲਬ ਇੰਨਾ ਕਹਿ ਕਿ ਜੋ ਤੁਸੀਂ ਸਟੋਰੀ ਐਗਜ਼ਾਮੀਨਰ ਨੂੰ ਦੱਸੀ ਹੈ ਉਸ ਸਟੋਰੀ ਦੇ ਰਿਲੇਟਡ ਹੀ ਕੁਸ਼ਚਨ ਪੁੱਛੇ ਜਾਣਗੇ। ਪਰ ਇੱਕ ਗੱਲ ਦਿਮਾਗ 'ਚ ਰੱਖਿਓ, ਜਿਹੜਾ ਪਾਰਟ 3 ਹੈ ਨਾ ਇਹਦੇ 'ਚ ਝੂਠ ਨਹੀਂ ਚੱਲਦਾ ਹੈਗਾ, ਇਹ 'ਚ ਫੈਕਟ ਚੱਲਦੇ ਨੇ, ਸੱਚਾਈ ਚੱਲਦੀ ਆ, ਆਹ ਗੱਲ ਦਿਮਾਗ 'ਚ ਰੱਖਿਓ, ਫੈਕਟਸ। ਹੁਣ ਇਹ ਗੱਲ ਦਿਮਾਗ 'ਚ ਰੱਖੋ, ਪਹਿਲੇ ਦੇ ਕਿੰਨੇ ਨੇ 2 ਬੈਂਡ ਪਾਰਟ 1 ਦੇ, ਪਾਰਟ 2 ਦੇ ਕਿੰਨੇ ਨੇ 4 ਬੈਂਡ, ਪਾਰਟ 3 ਦੇ ਕਿੰਨੇ ਨੇ 3 ਬੈਂਡ, ਮਤਲਬ ਓਵਰਆਲ ਮੇਰੇ ਕੋਲ ਹੈਗੇ ਨੇ 9 ਬੈਂਡ, ਇਹ ਗੱਲ ਦਿਮਾਗ 'ਚ ਰੱਖੋ। ਇਹ ਤੁਹਾਡਾ ਸਟਰਕਚਰ ਹੈ,
ਐਗਜ਼ਾਮੀਨਰ ਤੁਹਾਡੇ 'ਤੇ ਅਪਰੋਕਸੀਮੇਟਲੀ 10 ਤੋਂ ਲੈ ਕੇ 13 ਮਿੰਟ ਸਪੈਂਡ ਕਰਦਾ ਹੈ, ਅਤੇ ਜੇ ਕਿਸੇ ਬੱਚੇ ਨੂੰ ਟਾਈਮ ਤੋਂ ਪਹਿਲਾਂ ਵੀ ਬਾਹਰ ਭੇਜ ਦੇ ਨਾ ਵੀ ਇਟਸ ਓਕੇ ਆਲ ਰਾਈਟ, ਡਰਨ ਦੀ ਲੋੜ ਨਹੀਂ ਹੈਗੀ। ਕਈ ਵਾਰ ਐਗਜ਼ਾਮੀਨਰ ਨੂੰ ਇਹ ਹੋ ਜਾਂਦਾ ਵੀ ਹਾਂ ਆਲ ਰਾਈਟ ਹੈ, ਬੱਚਾ ਵਧੀਆ, ਕੁਛ ਕੁ ਗੱਲਾਂ ਤੁਹਾਡੇ ਦਿਮਾਗ 'ਚ ਭਰੀਆਂ ਹੋਈਆਂ ਨੇ, ਮੈਂ ਉਹਨਾਂ ਨੂੰ ਥੋੜ੍ਹਾ ਖੁਰਚ ਕੇ ਜੇ ਕੱਢਦਾ। ਪਹਿਲੀ ਗੱਲ, ਸਰ ਕਿਹੜੀ ਜਗ੍ਹਾ 'ਤੇ ਪੇਪਰ ਭਰਾਂ ਮੇਰੇ ਬੈਂਡ ਆਣਗੇ? ਮੈਂ ਸਾਰੇ ਬੱਚਿਆਂ ਨੂੰ ਪੂਰੇ ਤਰੀਕੇ ਨਾਲ, ਜੇ ਕੋਈ ਬੱਚੇ ਨੂੰ ਡਰਾਉਂਦਾ ਨਾ ਇਹ ਗੱਲ ਕਹਿ ਕੇ, ਭਾਵੇਂ ਕੋਈ ਮਰਜ਼ੀ ਆ ਵੀ ਤੂੰ ਇੱਥੇ ਪੇਪਰ ਨਹੀਂ ਭਰਨਾ, ਉੱਥੇ ਪੇਪਰ ਭਰਨਾ, ਤੁਸੀਂ ਨਾ ਉਹਨੂੰ ਇਹ ਗੱਲ ਪੁੱਛ ਲਿਓ ਵੀ ਹੱਥ ਜੋੜੇ ਮੈਨੂੰ ਇਹ ਦੱਸ ਕਿੱਥੇ, ਸਬੂਤ ਦੇ ਮੈਨੂੰ ਵੀ ਕਿੱਥੇ ਲਿਖਿਆ ਵੀ ਉੱਥੇ ਪੇਪਰ ਭਰੀਓ ਨਾ ਭਰੀਓ। ਕਹਿਣ ਦਾ ਮਤਲਬ ਇਹ ਹੈਗਾ ਕਿ ਜਗ੍ਹਾ ਬਦਲ ਕੇ ਬੈਂਡ ਨਹੀਂ ਆਉਂਦੇ, ਹਾਂ ਪਰ ਜਗ੍ਹਾ ਬਦਲ ਕੇ ਬੈਂਡ ਆਉਂਦੇ ਨੇ। ਹੈ ਆਹ ਕੀ ਦੋਨੇ ਪਾਸੇ? ਮੈਂ ਦੱਸਦਾ, ਮੇਰਾ ਇੱਕ ਸਟੂਡੈਂਟ ਸੀ, ਉਹਨੂੰ ਕਿਸੇ ਨੇ ਕਹਿਤਾ ਵੀ ਜੇ ਬੈਂਡ ਲੈਣੇ ਨੇ ਕੇਰਲਾ ਪੇਪਰ ਦੇ, ਕਿਹਾ ਕੇਰਲਾ, ਉਹ ਮੈਂ ਨੌਰਥ 'ਚ ਬੈਠਾ, ਕੇਰਲਾ ਸਾਊਥ 'ਚ ਹੈ, ਫਲਾਈਟ ਲੈ ਕੇ ਕੇਰਲਾ ਪੇਪਰ ਦੇਣ ਪਾ ਕੇ ਉਹਦੇ ਬੈਂਡ ਆਏ, 4 ਬੈਂਡ ਆਏ। ਹਾਂ ਮਤਲਬ ਕੀ ਹੈਗਾ ਕਿ ਬੈਂਡ ਜ਼ਰੂਰ ਆ ਗਏ ਪਰ ਆਏ ਇੰਨੇ ਕੁ, ਉਹਦਾ ਫਾਇਦਾ ਕੀ ਹੈਗਾ? ਤਾਂ ਮੈਂ ਇਹ ਕਹਿੰਦਾ ਜਿੱਥੇ ਤੁਸੀਂ ਰਹਿੰਦੇ ਹੋ, ਜਿਹੜੀ ਜਗ੍ਹਾ 'ਤੇ, ਭਾਵੇਂ ਕਨੇਡਾ ਹੋ, ਭਾਵੇਂ ਇੰਡੀਆ ਹੋ, ਆਸਟ੍ਰੇਲੀਆ ਹੋ, ਯੂਕੇ ਹੋ, ਜਿੱਥੇ ਮਰਜ਼ੀ ਹੋ, ਦੁਬਈ ਵਾਲੋ, ਜਿੱਥੇ ਵੀ ਹੈਗੇ ਹੋ ਉੱਥੇ ਪੇਪਰ ਦਿਓ ਜਿਹੜਾ ਤੁਹਾਡੇ ਨੇੜੇ ਦਾ। ਪਹਿਲਾ ਰੂਲ ਇਹ। ਦੂਜਾ ਰੂਲ, ਸਪੀਕਿੰਗ ਦੇ ਵਿੱਚ ਯਾਦ, ਮਤਲਬ ਜਿਹੜੀਆਂ ਚੀਜ਼ਾਂ ਨੇ ਐਂਸਰ ਨੂੰ ਯਾਦ ਕਰਕੇ ਨਾ ਜਾਓ, ਰੱਟੇ ਮਾਰ ਕੇ ਨਾ ਜਾਓ ਐਂਸਰ ਦੇ, ਨਹੀਂ ਜਿਵੇਂ ਕਈ ਵਾਰ ਨਾ ਬੁਕਿਸ਼ ਲੈਂਗੁਏਜ ਆਪਾਂ ਬੋਲਦੇ ਹਾਂ ਉਹ ਨਾ ਕਰੋ, ਉਹ ਬਹੁਤ ਗਲਤ ਹੈਗੀ। ਨੰਬਰ 3 'ਤੇ ਫੇਕ ਐਕਸੈਂਟ ਨਾ, ਫੇਕ ਐਕਸੈਂਟ ਦਾ ਮਤਲਬ ਹੁੰਦਾ, ਕਈ ਲੋਕਾਂ ਨੂੰ ਇਹ ਹੁੰਦਾ ਹੈਗਾ ਕਿ ਮੈਂ ਨਾ ਫੇਕ ਐਕਸੈਂਟ ਬੋਲੂੰਗਾ ਤਾਂ ਐਗਜ਼ਾਮੀਨਰ ਨੂੰ ਲੱਗੂਗਾ ਵੀ ਵਾਓ, ਐਵੇਂ ਦਾ ਕੁਛ ਨਹੀਂ ਹੁੰਦਾ ਹੈਗਾ, ਐਗਜ਼ਾਮੀਨਰ ਨੂੰ ਕਲੀਅਰ ਪਤਾ ਹੁੰਦਾ। ਆਹ ਸਾਰੀਆਂ ਚੀਜ਼ਾਂ ਨੇ, ਹੁਣ ਮੈਂ ਤੁਹਾਨੂੰ ਸ਼ੁਰੂ ਕਰੂੰਗਾ ਕਿ ਕਿਸ ਤਰੀਕੇ ਨਾਲ ਅਸੀਂ ਆਪਣਾ ਪਾਰਟ 1 ਹੈ ਜਿਹੜਾ ਉਹ ਸ਼ੁਰੂ ਕਰਦੇ ਹਾਂ। ਪਾਰਟ 1 ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਜਿਵੇਂ ਟੌਪਿਕ ਲਿਖਿਆ ਹੋਇਆ ਟੈਕਸਟ ਮੈਸੇਜ, ਟੈਕਸਟ ਮੈਸੇਜ ਕੀ ਹੋ ਗਿਆ? ਕਿਸੇ ਨੂੰ ਮੈਸੇਜ ਕਰਨਾ। ਪੇਪਰ ਦੇ ਵਿੱਚ ਪਤਾ ਨਹੀਂ ਐਵੇਂ ਦੇ ਕਿੰਨੇ ਕੁ, ਮਤਲਬ ਯਕੀਨ ਕਰੋ ਐਵੇਂ ਦੇ ਕਿੰਨੇ ਕੁ ਮਤਲਬ ਆਪਸ਼ਨਸ ਨੇ ਤੁਹਾਡੇ ਕੋਲ, ਲਾਈਕ ਕੋਈ ਫੈਸਟੀਵਲ 'ਤੇ ਪੁੱਛ ਸਕਦਾ, ਤੁਹਾਡੇ ਫੇਵਰੇਟ ਕਲਰ ਬਾਰੇ ਪੁੱਛ ਸਕਦਾ, ਤੁਹਾਡੀ ਫੈਮਿਲੀ ਬਾਰੇ ਪੁੱਛ ਸਕਦਾ, ਮੁੱਕਦੀ ਗੱਲ ਇੰਨੀ ਆ ਤੁਹਾਡੇ ਤੋਂ ਤੁਹਾਡੀ ਲਾਈਫ ਬਾਰੇ ਪੁੱਛਿਆ ਜਾਊਗਾ। ਹੁਣ ਟੈਕਸਟ ਮੈਸੇਜ ਦਾ ਮੰਨ ਲਓ ਤਾਂ ਪਹਿਲਾ ਕੁਸ਼ਚਨ ਹੈ, ਡੂ ਯੂ ਲਾਈਕ ਟੈਕਸਟਿੰਗ? ਐਗਜ਼ਾਮੀਨਰ ਨੇ ਤੁਹਾਨੂੰ ਨੋਰਮਲ ਪੁੱਛ ਲਿਆ ਵੀ ਕੀ ਤੁਹਾਨੂੰ ਟੈਕਸਟ ਕਰਨਾ ਵਧੀਆ ਲੱਗਦਾ, ਤੁਹਾਡਾ ਜਵਾਬ ਭਾਵੇਂ ਯੈਸ ਹੋਵੇ ਭਾਵੇਂ ਤੁਹਾਡਾ ਜਵਾਬ ਨੋ ਹੋਵੇ, ਇਸ ਚੀਜ਼ ਦਾ ਬੈਂਡ 'ਤੇ ਕੋਈ ਫਰਕ ਨਹੀਂ ਹੈਗਾ। ਤੁਸੀਂ ਐਗਜ਼ਾਮੀਨਰ ਨੂੰ ਕਿੰਨਾ ਕੁ ਵਧੀਆ ਉਹਦਾ ਜਵਾਬ ਦਿੰਦੇ ਹੋ ਇਹਦੇ ਬੈਂਡ ਮਿਲਦੇ ਆ। ਹੁਣ ਕੋਈ ਬੱਚਾ ਇਹ ਕਹਿ ਸਕਦਾ ਹੈਗਾ ਡੈਫੀਨੇਟਲੀ ਆਈ ਲਵ ਟੂ ਟੈਕਸਟ ਮੈਸੇਜ, ਆਈ ਫੀਲ ਰੀਅਲੀ ਕੰਫਰਟੇਬਲ ਵਾਈਲ ਟੈਕਸਟਿੰਗ, ਈਵਨ ਸਮਟਾਈਮ ਵੀ ਡੂ ਨੋਟ ਪ੍ਰੈਫਰ ਟੂ ਟਾਕ ਔਨ ਅ ਕਾਲ, ਤਾਂ ਆਪਾਂ ਟੈਕਸਟ ਕਰ ਲੈਂਦੇ ਹਾਂ। ਹੋਰ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਇਹ 'ਚ ਦਿਖਾਵਾਂ ਇਹਦਾ ਐਂਸਰ ਕੀ ਲਿਖਿਆ ਹੋਇਆ ਕਿ ਡੂ ਯੂ ਲਾਈਕ ਟੈਕਸਟਿੰਗ, ਇਹਨੇ ਵਧੀਆ ਐਂਸਰ ਕੀ ਦਿੱਤਾ ਹੋਇਆ, ਯੈਸ ਆਈ ਲਾਈਕ ਟੈਕਸਟਿੰਗ, ਇਹਦਾ ਪਹਿਲੇ ਦਾ ਜਵਾਬ ਹੋ ਗਿਆ। ਪਰ ਮੈਂ ਇਹਨੂੰ ਹੋਰ ਐਕਸਪਲੇਨ ਕਰੂੰਗਾ, ਮੈਂ ਕਿਹਾ ਆਈ ਥਿੰਕ ਇਟ ਇਜ਼ ਦਾ ਬੈਸਟ ਵੇ ਟੂ ਕਮਿਊਨੀਕੇਟ, ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕਾ ਗੱਲਬਾਤ ਕਰਨ ਦਾ, ਬਿਕਾਜ਼ ਸਮਟਾਈਮ ਵੀ ਕੈਨ ਨੋਟ ਐਕਸਪ੍ਰੈਸ ਅਵਰ ਫੀਲਿੰਗਸ ਫੇਸ ਟੂ ਫੇਸ, ਕਈ ਵਾਰ ਅਸੀਂ ਬੰਦੇ ਨੇ ਨਾ ਮੂੰਹ 'ਤੇ ਨਹੀਂ ਬੋਲਦੇ, ਇਸ ਕਰਕੇ ਉਹਨੂੰ ਟੈਕਸਟ ਕਰ ਦਿੰਦੇ ਹੈਗੇ। ਸੋ ਟੈਕਸਟ ਮੈਸੇਜਿੰਗ ਇਜ਼ ਦਾ ਬੈਸਟ ਮੈਥਡ ਟੂ ਕਨਵੇ ਦਾ ਮੈਸੇਜ ਟੂ ਅਦਰ ਪੀਪਲ। ਹੁਣ ਮੇਰੀ ਇੱਕ ਗੱਲ ਨੂੰ ਯਾਦ ਰੱਖੋ, ਜਿਹੜੇ ਬੱਚਿਆਂ ਨੇ ਵਿਚਾਰਿਆਂ ਦੇ 5 ਬੈਂਡ 4 ਬੈਂਡ ਰਹਿ ਜਾਂਦੇ ਨੇ ਨਾ, ਉਹ ਇੰਨਾ ਕੁ ਜਵਾਬ ਦਿੰਦੇ ਨੇ। ਜਿਵੇਂ ਕੁਸ਼ਚਨ ਪੁੱਛਿਆ ਡੂ ਯੂ ਲਾਈਕ ਟੈਕਸਟਿੰਗ, ਜਵਾਬ ਦਿੱਤਾ ਯੈਸ ਆਈ ਲਾਈਕ ਟੈਕਸਟਿੰਗ, ਇਹਦੇ ਕੀ ਬੈਂਡ ਆਣਗੇ? ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਅੱਧੀ ਲਾਈਨ 'ਚ ਛੋਟਾ ਜਿਹਾ ਐਂਸਰ ਨਹੀਂ ਦੇਣਾ ਹੈਗਾ, ਜੇ ਐਂਸਰ ਨੂੰ ਐਕਸਪਲੇਨ ਕਰੋਗੇ ਵਧੀਆ ਤਰੀਕੇ ਨਾਲ ਤਾਂ ਹੀ ਤੁਹਾਡੇ ਬੈਂਡ ਸਕੋਰ ਆਉਣਗੇ, ਰਿਐਲਿਟੀ ਹੈ ਇਹ। ਕਹਿਣ ਦਾ ਮਤਲਬ ਕੀ ਹੈ, ਤੁਸੀਂ ਦੇਖੋ ਇਹਨੇ ਐਕਸਪਲੇਨ ਕਰਤਾ ਵੀ ਕਦੇ ਕਦੇ ਅਸੀਂ ਬੰਦੇ ਦੇ ਮੂੰਹ 'ਤੇ ਨਹੀਂ ਗੱਲ ਕਹਿੰਦੇ, ਹਾਂ ਅਸੀਂ ਉਹਨੂੰ ਮੈਸੇਜ ਭੇਜਦਾ ਰਹੇ, ਬਹੁਤ ਵਧੀਆ ਤਰੀਕਾ ਹੈਗਾ ਇਸ ਤਰੀਕੇ ਨਾਲ। ਹੁਣ ਦੂਜੇ ਨੰਬਰ 'ਤੇ ਜੇ ਉਹਨੇ ਕੁਸ਼ਚਨ ਪੁੱਛਿਆ, ਮਤਲਬ ਸੈਕਿੰਡ ਕੁਸ਼ਚਨ ਸੀ ਕਿ ਡੂ ਯੂ ਪ੍ਰੈਫਰ ਸੈਂਡਿੰਗ ਔਰ ਰਿਸੀਵਿੰਗ, ਕੀ ਤੁਹਾਨੂੰ ਮੈਸੇਜ ਭੇਜਣਾ ਵਧੀਆ ਲੱਗਦਾ ਜਾਂ ਤੁਹਾਨੂੰ ਕੋਈ ਮੈਸੇਜ ਕਰੇ ਉਹ ਵਧੀਆ ਲੱਗਦਾ?
ਹੁਣ ਮੈਂ ਇਹਨੂੰ ਲਿਖਿਆ, ਮੈਂ ਕਿਹਾ ਬੋਥ ਆਰ ਈਕੁਅਲੀ ਇੰਪੋਰਟੈਂਟ। ਦੇਖੋ ਇਹ ਦੋਨੇ ਇੰਪੋਰਟੈਂਟ ਨੇ ਨਾ, ਮੈਸੇਜ ਭੇਜਣਾ ਵੀ ਚਾਹੀਦਾ ਅਤੇ ਮੈਸੇਜ ਰਿਸੀਵ ਵੀ ਕਰਨਾ ਚਾਹੀਦਾ ਹੈਗਾ। ਆਈ ਡੂ ਨੋਟ ਹੈਵ ਐਨੀ ਸਪੈਸੀਫਿਕ ਪ੍ਰੈਫਰੈਂਸ, ਪਰ ਇਹ ਨਹੀਂ ਹੈਗਾ ਮੈਂ ਤੁਹਾਨੂੰ ਇਕੱਲਾ ਇੱਕੋ ਪ੍ਰੈਫਰੈਂਸ ਦੇਊਂਗਾ ਕਿ ਮੈਨੂੰ ਲੋਕ ਮੈਸੇਜ ਕਰਨ, ਮੈਂ ਨਾ ਕਰਾਂ। ਕਹਿੰਦਾ ਵੈਨ ਐਵਰ ਆਈ ਡੂ ਨੋਟ ਹੈਵ ਟਾਈਮ ਟੂ ਸਪੀਕ ਵਿਦ ਸਮਵਨ, ਕਦੇ ਕਦੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਨਾ ਮੈਂ ਕਿਸੇ ਨਾਲ ਬੋਲਾਂ ਗੱਲ ਕਰਾਂ, ਔਰ ਡੂ ਨੋਟ ਵਾਂਟ ਟੂ ਟਾਕ, ਜਾਂ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਹੈਗਾ, ਦੈਨ ਆਈ ਪ੍ਰੈਫਰ ਟੂ ਸੈਂਡ ਮੈਸੇਜ, ਫਿਰ ਮੈਂ ਉਹਨੂੰ ਮੈਸੇਜ ਭੇਜਦਾ ਨਾ। ਔਨ ਦਾ ਅਦਰ ਹੈਂਡ ਜੇ ਦੂਜੇ ਪਾਸੇ ਮੈਂ ਰਿਸੀਵ ਕਰਦਾ ਰਿਪਲਾਈ, ਕਈ ਵਾਰ ਮੈਨੂੰ ਓਫੀਸ਼ੀਅਲ ਟੈਕਸਟ ਵੀ ਆਉਂਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਮੈਸੇਜ ਨੂੰ ਭੇਜਣ 'ਤੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਤਾਮ ਜਾਮ ਹੈ, ਕਿੰਨੀ ਵਧੀਆ ਐਕਸਪਲਾਨੇਸ਼ਨ ਹੈ ਇਸ ਤਰੀਕੇ ਨਾਲ। ਜੇ ਤੁਸੀਂ ਐਵੇਂ ਪੜ੍ਹੋਗੇ ਮੈਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਿਹਾ ਚੀਜ਼ਾਂ। ਲਾਈਕ ਤੀਜਾ ਕੁਸ਼ਚਨ ਹੈਗਾ, ਹੈਵ ਯੂ ਐਵਰ ਰਿਸੀਵਡ ਅ ਕਨਫਿਊਜ਼ਿੰਗ ਟੈਕਸਟ ਮੈਸੇਜ। ਕਈ ਵਾਰ ਕਨਫਿਊਜ਼ਿੰਗ ਟੈਕਸਟ ਮੈਸੇਜ ਆਇਆ ਤੁਹਾਨੂੰ ਕਦੇ? ਕਹਿੰਦਾ ਯੈਸ ਮੈਨੀ ਟਾਈਮਸ, ਬੜੇ ਵਾਰ ਆਏਗਾ। ਮੈਨੂੰ ਐਕਸਪਲੇਨ ਕਰ ਦਿਉ ਵੀ ਕੀ ਆਇਆ। ਕਹਿੰਦਾ ਆਈ ਰਿਸੀਵਡ ਕਨਫਿਊਜ਼ਿੰਗ ਮੈਸੇਜ ਫਰੋਮ ਮਾਈ ਫਰੈਂਡਸ, ਮੇਰੇ ਦੋਸਤਾਂ ਤੋਂ ਆਉਂਦੇ ਰਹਿੰਦੇ ਨੇ, ਬਿਕਾਜ਼ ਦੇ ਯੂਜ਼ ਸ਼ਾਰਟ ਫਾਰਮਸ ਸਮਟਾਈਮ, ਦੈਟ ਕਨਫਿਊਜ਼ਡ ਮੀ। ਲੱਗ ਗਿਆ ਨਾ ਪਤਾ ਸ਼ਾਰਟ ਫਾਰਮ, ਆਈ ਐਮ ਫਾਈਨ, ਮੈਂ ਤੇਰੀ ਵੇਟ ਕਰ, ਐਜ ਸੂਨ ਐਜ ਪੋਸੀਬਲ। ਤਾਂ ਕਹਿਣ ਦਾ ਮਤਲਬ ਹੈ ਕਈ ਲੋਕ ਇੰਨਾ ਜ਼ਿਆਦਾ ਸ਼ੋਰਟ ਹੋ ਰਹੇ ਨੇ, ਤਾਂ ਕਹਿੰਦਾ ਮੈਨੂੰ ਆਹ ਚੀਜ਼ਾਂ ਕਨਫਿਊਜ਼ ਕਰ ਦਿੰਦੀਆਂ ਨੇਗੀਆਂ। ਠੀਕ ਹੈ, ਤਾਂ ਤੁਹਾਨੂੰ ਵੀ ਜੇ ਤੁਸੀਂ ਸ਼ੋਰਟ ਫੋਰਮ ਯੂਜ਼ ਕਰਦੇ ਹੋ ਤਾਂ ਤੁਸੀਂ ਵੀ ਕਿਸੇ ਨੂੰ ਕਨਫਿਊਜ਼ ਕਰਦੇ ਹੋ। ਲਾਈਕ ਫੋਰਥ ਕੁਸ਼ਚਨ ਹੈਗਾ, ਇਨ ਵਟ ਸਰਕਮਸਟਾਂਸਿਸ ਆਰ ਮੇਕਿੰਗ ਅ ਫੋਨ ਕਾਲ ਬੈਟਰ ਦੈਨ ਸੈਂਡਿੰਗ ਅ ਟੈਕਸਟ ਮੈਸੇਜ। ਕਹਿੰਦਾ ਕੋਈ ਐਵੇਂ ਦੀ ਇਹ ਗੱਲਾਂ ਦੱਸੋ ਵੀ ਜਦੋਂ ਫੋਨ ਕਰਨਾ ਵਧੀਆ ਰਹਿੰਦਾ ਮੈਸੇਜ ਨਾਲੋਂ, ਜੇ ਕਿਸੇ ਦੇ ਰੱਬ ਨਾ ਕਰੇ ਕਿਤੇ ਅੱਗ ਲੱਗ ਗਈ, ਤੁਸੀਂ ਉਹਨੂੰ ਮੈਸੇਜ ਕਰੀ ਜਾ ਰਹੇ ਹੋ, ਅਗਲਾ ਮੈਸੇਜ ਨਾ ਦੇਖੇ, ਫਿਰ ਫੋਨ ਕਰ ਦਿਉ ਨਾ। ਕਹਿਣ ਦਾ ਮਤਲਬ ਕਿਤੇ ਕੋਈ ਬਿਮਾਰ ਹੋ ਰਿਹਾ ਉੱਥੇ ਫੋਨ, ਐਮਰਜੈਂਸੀ 'ਚ ਤਾਂ ਫੋਨ ਕਰਨਾ ਚਾਹੀਦਾ, ਕਈ ਵਾਰ ਮੈਸੇਜ ਕੋਈ ਦੇਖਦਾ ਨਹੀਂ। ਕਹਿੰਦਾ ਮੈਂ ਅਰਲੀਅਰ ਦੱਸਿਆ ਤੁਹਾਨੂੰ, ਸਮ ਆਫ ਮਾਈ ਫਰੈਂਡਸ ਨੇ ਸ਼ਾਰਟ ਫਾਰਮ ਯੂਜ਼ ਕਰਦੇ ਨੇ ਵਾਇਲ ਸੈਂਡਿੰਗ ਟੈਕਸਟ, ਸੋ ਇਨ ਦ ਕੇਸ ਆਈ ਪ੍ਰੈਫਰ ਟੂ ਮੇਕ ਕਾਲ ਰਾਦਰ ਦੈਨ ਸੈਂਡ ਟੈਕਸਟ ਮੈਸੇਜ। ਮੈਂ ਤਾਂ ਉਹਨੂੰ ਕਹਿੰਦਾ ਬਾਬਾ ਮੈਨੂੰ ਫੋਨ ਕਰਦੀ ਹੋ, ਮੋਰ ਓਵਰ ਇਨ ਦ ਕੇਸ ਆਫ ਐਨ ਐਮਰਜੈਂਸੀ, ਮੈਂ ਤੁਹਾਨੂੰ ਕਹਿ ਕੇ ਹਟਿਆ ਨਾ, ਐਮਰਜੈਂਸੀ ਤਾਂ ਬੰਦੇ ਨੂੰ ਫੋਨ ਕਰਨਾ ਚਾਹੀਦਾ, ਮੈਸੇਜ ਨਹੀਂ। ਤੁਸੀਂ ਇਹ ਦੇਖੋ ਕਿ ਮੈਂ ਇਹਨਾਂ ਚੀਜ਼ਾਂ ਨੂੰ ਵਧੀਆ ਐਕਸਪਲੇਨ ਕਰੂੰਗਾ, ਐਗਜ਼ਾਮੀਨਰ ਮੈਨੂੰ ਬੈਂਡ ਦੇਊਗਾ। ਲਾਈਕ ਲਾਸਟ ਕੁਸ਼ਚਨ ਇਹਦਾ ਹੋ ਗਿਆ, ਹੈਗਾ ਲਾਸਟ, ਸੈਕਿੰਡ ਲਾਸਟ ਸੀਗਾ। ਕਹਿੰਦਾ ਹੈਵ ਯੂ ਐਵਰ ਹੈਡ ਡਿਫੀਕਲਟੀ ਰਿਪਲਾਈਂਗ, ਕੀ ਤੁਹਾਨੂੰ ਕਦੇ ਕਿਸੇ ਚੀਜ਼ ਨੂੰ ਰਿਪਲਾਈ ਕਰਨ 'ਚ ਡਿਫੀਕਲਟੀ ਆਈ ਆ? ਯੈਸ, ਸਮਟਾਈਮ ਆਈ ਫੇਸ ਪ੍ਰੋਬਲਮਸ ਵਾਈਲ ਟੈਕਸਟਿੰਗ ਵਾਈਲ ਐਂਸਰਿੰਗ ਸਮਨ, ਹਾਂ ਕਦੇ ਕਦੇ ਮੈਨੂੰ ਆਉਂਦੇ। ਦੇਖਾਂ ਹੁਣ ਇਹਨੂੰ ਐਕਸਪਲੇਨ ਕਰੋ ਵੀ ਮੈਨੂੰ ਕੀ ਪ੍ਰੋਬਲਮ ਆਉਂਦੀ ਹੈ। ਕਹਿੰਦਾ ਵੈਨ ਸਮਨ ਰਿਕੁਐਸਟਡ ਮੀ ਟੂ ਬੋਰੋ ਸਮਥਿੰਗ ਇੰਪੋਰਟੈਂਟ, ਕਈ ਵਾਰ ਕੋਈ ਬੰਦਾ ਕੋਈ ਚੀਜ਼ ਉਧਾਰੀ ਮੰਗ ਲੈਂਦੇਗਾ, ਇਟ ਇਜ਼ ਹਾਰਡ ਫੋਰ ਮੀ ਟੂ ਸੇ ਨੋ ਬਿਕੋਜ਼ ਆਈ ਡੋ ਨੋਟ ਵਾਂਟ ਟੂ ਹਰਟ ਹਿਮ ਔਰ ਹਰ, ਮੈਨੂੰ ਇਹ ਹੁੰਦਾ ਮੈਂ ਕਿਸੇ ਨੂੰ ਹਰਟ ਨਾ ਕਰਾਂ। ਵੈਨ ਸਮਨ ਆਸਕ ਦਾ ਕੁਸ਼ਚਨ ਅਬਾਊਟ ਮਾਈ ਪਰਸਨਲ ਲਾਈਫ, ਵਿਆਹ ਕਦੋਂ ਕਰਾ ਰਹੇ ਹੈ, ਜਾਂ ਮਤਲਬ ਕਈ ਰਿਸ਼ਤੇਦਾਰਾਂ ਨੇ ਨਾ ਵਿਚਾਰੇ ਬੱਚਿਆਂ ਦਾ ਇੰਨਾ ਠੀਕ ਹੈ, ਕੁੜੀ ਕਿੰਨੇ ਸਾਲ, 28, ਲੈ ਹੁਣ ਤਾਂ ਵਿਆਹ ਚ ਹੋਗੀ ਹੋਗੀ ਕੋਠੇ, ਲੈ ਤੁਹਾਡਾ ਸਿਰ ਦੁਖਦੇ। ਜਿਹੜੇ ਜਿਹੜੇ ਆਹ ਗੱਲ ਨੇ ਐਗਰੀ ਨੇ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਕਿਹਦੇ ਕਿਹਦੇ ਵਿਚਾਰੇ ਨਾਲ ਆਹ ਚੀਜ਼ ਹੁੰਦੀ ਆ, ਵੀ ਉਮਰ ਦੇ ਹਿਸਾਬ ਨਾਲ ਵਿਆਹ ਦਾ ਕੀ ਸੰਬੰਧ ਹੈਗਾ, ਜਦੋਂ ਬੰਦੇ ਦੀ ਲਾਈਫ ਸੈਟਲ ਹੋਵੇ ਯਾਰ ਵਿਆਹ ਤਾਂ ਉਹੀ ਹੁੰਦਾ ਹੈਗਾ। ਅਤੇ ਲਾਸਟ ਕੁਸ਼ਚਨ ਹੈ, ਡੂ ਯੂ ਟੈਕਸਟ ਸਮਵਨ ਇਫ ਦੇ ਡੂ ਨੋਟ ਐਂਸਰ ਦਾ ਫੋਨ, ਕੀ ਤੁਸੀਂ ਕਿਸੇ ਨੂੰ ਮੈਸੇਜ ਕਰਦੇ ਨੇ ਜੋ ਫੋਨ ਨਾ ਚੱਕੇ? ਯੈਸ ਆਈ ਡੂ ਟੈਕਸਟ ਮੈਸੇਜ ਸਮਵਨ ਇਫ ਹੀ ਔਰ ਸ਼ੀ ਡਜ਼ ਨੋਟ ਰਿਸੀਵ ਮਾਈ ਫੋਨ, ਆਈ ਡੂ ਇਟ ਵੈਨ ਦਾ ਟੋਪਿਕ ਇਜ਼ ਨੋਟ ਟੂ ਇੰਪੋਰਟੈਂਟ, ਤਾਂ ਮੈਂ ਕਰਦਾ ਜੇ ਟੋਪਿਕ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਕਿਉਂਕਿ ਜੇ ਇੰਪੋਰਟੈਂਟ ਹੈ ਫਿਰ ਤਾਂ ਮੈਂ ਫੋਨ ਕਰੂੰਗਾ। ਤੁਸੀਂ ਇਹ ਦੇਖੋ ਕਿ ਐਗਜ਼ਾਮੀਨਰ ਨੇ ਜਿਹੜੇ, ਮੈਥੋਂ ਇੱਕ ਗੱਲ ਹੋਰ ਸੁਣ ਲਓ, ਮਤਲਬ ਉਹਨੇ ਜਿਹੜਾ ਪਹਿਲਾ ਕੁਸ਼ਚਨ ਪੁੱਛਿਆ ਕਿ ਟੈਕਸਟਿੰਗ ਦਾ, ਸਾਰੇ ਕੁਸ਼ਚਨ ਟੈਕਸਟਿੰਗ ਦੇ, ਜੋ ਪਹਿਲਾ ਕੁਸ਼ਚਨ ਮੈਨੂੰ ਪੁੱਛਦਾ ਕਲਰ, ਤੁਹਾਡਾ ਫੇਵਰੇਟ ਕਲਰ ਕੀ ਹੈ, ਸਾਰੇ ਕੁਸ਼ਚਨ ਕਲਰ ਦੇ, ਤੁਹਾਡਾ ਫੈਸਟੀਵਲ ਕਿਹੜਾ ਹੈ, ਸਾਰੇ ਕੁਸ਼ਚਨ ਫੈਸਟੀਵਲ ਦੇ,
ਅਤੇ ਕਈ ਵਾਰ 100 ਚੋਂ ਇੱਕ ਦੋ ਬੱਚਾ ਐਵੇਂ ਦਾ ਹੁੰਦਾ ਜਿਹਨੂੰ 2 ਕੁ ਕੁਸ਼ਚਨ ਫੈਸਟੀਵਲ ਦੇ, 2 ਕੁ ਕੁਸ਼ਚਨ ਟੈਕਸਟਿੰਗ ਦੇ, 2 ਕੁ ਕੁਸ਼ਚਨ ਐਨਵਾਇਰਮੈਂਟ ਦੇ ਉਲਟੇ ਪੁਲਟੇ ਪੁੱਛ ਲੈਂਦੇ ਨੇ। ਮਤਲਬ ਬਸ ਇਹ ਗੱਲ ਯਾਦ ਰੱਖਿਓ, ਇੱਕ ਲਾਈਨ 'ਚ ਜਵਾਬ ਦਿਓਗੇ ਬੈਂਡ ਨਹੀਂ ਆਉਂਦੇ, ਚੀਜ਼ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੀਓ ਅਤੇ ਉਈ ਨਾ ਪੀਂਗਾਂ ਪਾ ਕੇ ਬਹਿ ਜਿਓ। ਕਹਿਣ ਦਾ ਮਤਲਬ ਹੈ ਥੋੜ੍ਹਾ ਜਿਹਾ ਕੰਟਰੋਲ 'ਚ ਰੱਖਿਓ। ਦੈਟਸ ਇਟ, ਇਹ ਹੈ ਮੇਰਾ ਪਾਰਟ 1 ਅਤੇ ਮੈਨੂੰ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊਗਾ। ਠੀਕ ਹੈ, ਹੁਣ ਕਹਿਣ ਨੂੰ ਤਾਂ ਨਾ ਮੈਂ ਤੁਹਾਨੂੰ ਗੱਲ ਹੋਰ ਦੱਸਾਂ, ਜੇ ਰੌਲਾ ਵਿਊ ਦਾ ਹੋਵੇ ਨਾ ਮੈਂ ਤੁਹਾਨੂੰ ਪਤਾ ਕੀ ਕਹਾਂ। ਸੋ ਐਵਰੀਵਨ, ਅੱਜ ਦਾ ਵੀਡੀਓ ਇੱਥੇ ਤੱਕ ਹੈ, ਨੈਕਸਟ ਵੀਡੀਓ ਹੋਊਗਾ ਕਿਉਂਕਿ ਕੱਲ੍ਹ ਨੂੰ ਫਿਰ ਮੈਂ ਪਾਰਟ 2 ਪਾ ਦੂੰਗਾ ਇਹਦਾ, ਫਿਰ ਮੈਂ ਅਗਲੇ ਟਾਸਕ ਮੈਂ ਪਾਰਟ 3 ਪਾ ਦੂੰਗਾ, ਐਵੇਂ ਕੁਛ ਨਹੀਂ ਹੈਗਾ। ਮੈਨੂੰ ਇੱਕ ਵੀਡੀਓ 'ਤੇ ਇੱਕੋ ਹੀ ਵਿਊ ਆਉਣਾ ਹੈਗਾ ਅਤੇ ਮੈਂ ਉਹਨੂੰ ਇੰਨੇ ਚੰਗੇ ਤਰੀਕੇ ਨਾਲ ਪੜ੍ਹਾਊਂਗਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਤੁਸੀਂ ਆਪ ਹੀ ਬਾਕੀ ਵੀਡੀਓਜ਼ ਦੇਖ ਲਓਗੇ। ਮਤਲਬ ਮੈਂ ਅੱਜ ਤੱਕ ਕਿਸੇ ਨੂੰ ਫੇਕ ਨਹੀਂ ਹੋਇਆ, ਮੈਂ ਥੰਬਨੇਲ ਐਵੇਂ ਦਾ ਨਹੀਂ ਬਣਾ ਕੇ ਵੀਡੀਓ ਪਾਈ ਹੈਗੀ ਕਿ ਲਾਈਕ ਤੁਹਾਨੂੰ ਪਤਾ ਹੀ ਹੈ ਨਾ ਵੀ ਵਿੱਚ ਕੁਛ ਹੋਵੇ ਨਾ ਉੱਪਰ ਉੱਪਰ ਲਿਖ ਦਿਉ। ਮੈਂ ਸਾਰੇ ਮੇਰੇ ਸਟੂਡੈਂਟਸ ਨੂੰ ਇਹ ਗੱਲ ਕਹਿਣੀ ਚਾਹੁੰਦਾ, ਜਿੰਨੀਆਂ ਚੈਨਲ ਦੇ ਉੱਤੇ ਵੀਡੀਓਜ਼ ਨੇ ਜਿਹੜਾ ਥੰਬਨੇਲ ਲਿਖਿਆ ਹੋਇਆ ਨਾ ਉਹੀ ਵੀਡੀਓ ਆਊਗੀ। ਕਿਸੇ ਨੂੰ ਬੇਵਕੂਫ਼ ਬਣਾ ਕੇ ਮੈਂ ਵਿਊ ਨਹੀਂ ਲਏ ਹੈਗੇ, ਇਹ ਸੱਚਾਈ ਹੈ। ਠੀਕ ਹੈ, ਚਲੋ ਹੁਣ ਆਪਾਂ ਪਾਰਟ 2 ਵਾਲੇ ਪਾਸੇ ਜਾਂਦੇ ਅਤੇ ਪਾਰਟ 2 ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਗੱਲ ਦੱਸਾਂ ਆਲੀ। ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਮੈਂ ਮਿਸਲੀਡ ਨਹੀਂ ਕਰਦਾ, ਮੇਰਾ ਖੁਦ ਦਾ ਐਪਲੀਕੇਸ਼ਨ ਹੈ ਬੇਬੀ ਕੋਡ ਆਈਐਲਟੀਐਸ ਐਪਲੀਕੇਸ਼ਨ। ਮੈਂ ਅਤੇ ਮੇਰਾ ਵੱਡਾ ਭਰਾ ਪਵਨ ਕੁਮਾਰ ਬੱਚਿਆਂ ਦੇ ਲਈ 349 ਰੁਪਏ 1 ਮਹੀਨੇ ਦੇ ਅਤੇ ਸਾਰਾ ਆਈਐਲਟੀਐਸ ਦਾ ਮਟੀਰੀਅਲ ਵਿਦ ਰਿਕਾਰਡ ਤੁਹਾਨੂੰ ਮਿਲੇਗਾ। ਜਿੰਨੀਆਂ ਮਰਜ਼ੀ ਰੀਡਿੰਗਸ ਕਰੋ, ਅਕੈਡਮਿਕ ਅਤੇ ਜਰਨਲ ਦੇ ਬੱਚੇ ਜਿਹੜੀਆਂ ਪੇਪਰ 'ਚ ਆਉਂਦੀਆਂ ਨੇ ਉਹ ਰੀਡਿੰਗਸ, ਰਾਈਟਿੰਗ ਦੀ ਗੱਲ ਕਰਦੇ ਹੋ ਜਿੰਨੇ ਮਰਜ਼ੀ ਐਸੇ ਕਰੋ ਅਤੇ ਉਹ ਜਿਹੜੇ ਪੇਪਰ 'ਚ ਆਉਂਦੇ ਆ। ਲਿਸਨਿੰਗ ਦੀ ਗੱਲ ਬਿਨਾਂ ਐਡ ਤੋਂ ਤੇ ਲੈਵਲ ਪਤਾ ਕਿਹੜਾ ਹੋਊਗਾ ਜਿਹੜਾ ਪੇਪਰ 'ਚ ਆਉਂਦਾ। ਅਤੇ ਰਹੀ ਗੱਲ ਲੇਟੈਸਟ ਕਿਊ ਕਾਰਡ, ਸਪੀਕਿੰਗ ਕੰਪਲੀਟ ਪੂਰਾ ਟੈਸਟ ਦਿਓ ਇੱਕ ਪਰਸਨਲ ਟ੍ਰੇਨਰ ਦੇ ਵਾਂਗੂ, ਸਾਰੀਆਂ ਮਿਸਟੇਕਸ ਪਤਾ ਲੱਗਣਗੀਆਂ, ਕਿੰਨੇ ਬੈਂਡ ਸਕੋਰ ਆਏ ਨੇ ਪਤਾ ਲੱਗੂਗਾ, ਅਤੇ ਸਭ ਤੋਂ ਕਮਾਲ ਦੀ ਗੱਲ ਹੈ ਤੁਹਾਡਾ ਰਿਕਾਰਡ ਰਹੂਗਾ ਅੱਜ ਕਿੰਨੇ ਬੈਂਡ, ਕੱਲ੍ਹ ਕਿੰਨੇ ਬੈਂਡ, ਪਰਸੋਂ ਕਿੰਨੇ ਬੈਂਡ, ਅਤੇ ਇੱਕ ਦਿਨ 'ਚ 15-20 ਵਾਰ ਸਪੀਕਿੰਗ ਦਿਓ। ਮਤਲਬ ਇੱਕ ਐਪਲੀਕੇਸ਼ਨ ਜਿਹਨੂੰ ਇੰਡੀਆ ਦੇ ਵਿੱਚ ਸਭ ਤੋਂ ਵੱਧ ਡਾਊਨਲੋਡਸ ਈਵਨ 4.8 ਦਾ ਰੇਟ ਮਿਲਿਆ ਹੋਇਆ, ਅਤੇ ਇਸ ਤੋਂ ਵਧੀਆ ਚੀਜ਼ ਕੋਈ ਨਹੀਂ, ਅਤੇ ਸਭ ਤੋਂ ਸਸਤਾ ਤਾਂ ਕਿ ਹਰ ਬੱਚਾ ਅਫੋਰਡ ਕਰ ਸਕੇ। ਤਾਂ ਡਾਊਨਲੋਡ ਕਰੋ ਮੇਰਾ ਆਪਦਾ ਐਪਲੀਕੇਸ਼ਨ ਬੇਬੀ ਕੋਡ ਆਈਐਲਟੀਐਸ, ਅਤੇ ਘਰ ਬੈਠੇ ਆਪਣਾ ਆਈਐਲਟੀਐਸ ਕਲੀਅਰ ਕਰੋ। ਦੈਟਸ ਇਟ, ਅਤੇ ਮੇਰਾ ਪ੍ਰੋਮੋ ਕੋਡ ਨਾ ਭੁੱਲਿਓ ਰਮਨ 0007, ਕਿਉਂਕਿ ਇਹਦੇ ਨਾਲ ਤੁਹਾਨੂੰ ਮਿਲੇਗਾ ਅਨਲਿਮਿਟਡ ਐਕਸੈਸ ਅਤੇ 50 ਰੁਪਏ ਦਾ ਡਿਸਕਾਊਂਟ। ਥੈਂਕ ਯੂ। ਸੋ ਤੁਹਾਨੂੰ ਲੱਗ ਗਿਆ ਹੋਣਾ ਪਤਾ, ਅਤੇ ਇਹ ਗੱਲ 'ਤੇ ਗੌਰ ਕਰੀਓ, ਬੇਬੀ ਕੋਡ ਤੋਂ ਉੱਤੇ ਕੁਛ ਨਹੀਂ ਹੈਗਾ, ਆਈਐਲਟੀਐਸ ਇਹ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਹਿੰਦਾ, ਹੁਣ ਮੰਨ ਲਓ ਵਿਰਾਟ ਕੋਹਲੀ ਹੈ, ਉਹ ਕ੍ਰਿਕਟ ਖੇਡਦਾ ਯਾਰ, ਉਹ ਤੋਂ ਪਹਿਲਾਂ ਪ੍ਰੈਕਟਿਸ ਤਾਂ ਕਰਦਾ, ਅੰਡਰਟੇਕਰ ਹੈ, ਰੈਸਲਿੰਗ ਤਾਂ ਕਰਦਾ, ਉਹ ਤੋਂ ਪਹਿਲਾਂ ਪ੍ਰੈਕਟਿਸ ਤਾਂ ਕਰਦਾ। ਜੇ ਤੁਹਾਨੂੰ ਇਹ ਲੱਗਦਾ ਨਾ ਵੀ ਸਪੀਕਿੰਗ ਇੱਕ ਅੱਧੇ ਵਾਰ ਉੱਥੇ ਦੇ ਕੇ ਇੰਸਟੀਟਿਊਟ 'ਚ ਜਾਂ ਕਿਤੇ ਵੀ ਦੇ ਕੇ ਹੋ ਜੂਗੀ, ਐਵੇਂ ਨਹੀਂ ਹੁੰਦੀ, ਐਪਲੀਕੇਸ਼ਨ ਡਾਊਨਲੋਡ ਕਰੀਓ, ਤੁਹਾਡਾ ਫਾਇਦਾ ਹੋਊਗਾ। ਜੇ ਨਹੀਂ ਹੋਇਆ ਤਾਂ ਮੈਂ ਬੈਠਾ ਜ਼ਿੰਮੇਵਾਰ, ਡਿਸਕ੍ਰਿਪਸ਼ਨ 'ਚ ਲਿੰਕ ਪਿਆ, ਆਪਣੇ ਰਮਨ ਦੀ ਗੱਲ ਮੰਨਦੇ ਆ ਨਾ, ਇੱਕ ਵਾਰ ਮੰਨ ਕੇ ਦੇਖਿਓ, ਕਦੇ ਨਿਰਾਸ਼ ਨਹੀਂ ਕਰਦਾ ਹੈਗਾ। ਦੈਟਸ ਇਟ, ਠੀਕ ਹੈ, ਇੰਡੀਆ ਦਾ ਪਹਿਲਾ ਐਪਲੀਕੇਸ਼ਨ ਹੈ, ਬਸ ਦੈਟਸ ਇਟ। ਮੈਂ ਹੋਰ ਜ਼ਿਆਦਾ ਗੱਲਾਂ ਨਹੀਂ ਕਰਦਾ, ਆ ਜਾਓ ਤੁਹਾਨੂੰ ਪਾਰਟ 2 ਪੜ੍ਹਾਉਣਾ ਇਹਦਾ। ਠੀਕ ਹੈ, ਕਹਿੰਦਾ ਡਿਸਕ੍ਰਾਈਬ ਅ ਪਰਸਨ ਹੂ ਕੰਟਰੀਬਿਊਟ ਟੂ ਸੋਸਾਇਟੀ, ਇੱਕ ਐਵੇਂ ਦਾ ਬੰਦਾ ਦੱਸੋ ਜਿਹੜਾ ਸੋਸਾਇਟੀ ਨੂੰ ਕੰਟਰੀਬਿਊਟ ਕਰਦਾ, ਸੋਸਾਇਟੀ ਦੀ ਹੈਲਪ ਕਰਦਾ ਹੈਗਾ। ਕੀ ਕਹਿਣਾ, ਹੂ ਦਿਸ ਪਰਸਨ ਇਜ਼, ਬੰਦਾ ਕੌਣ ਹੈ, ਹਾਊ ਯੂ ਨਿਊ, ਤੁਸੀਂ ਇਹਨੂੰ ਕਿਵੇਂ ਜਾਣਦੇ ਹੋ, ਵੱਟ ਟਾਈਪ ਆਫ ਵਰਕ, ਇਹ ਕਿਵੇਂ ਦੇ ਕੰਮ ਕਰਦਾ, ਅਤੇ ਐਕਸਪਲੇਨ ਕਰੋ ਇਹ ਸੋਸਾਇ ਵਾਈ ਯੂ ਥਿੰਕ ਇਹ ਸੋਸਾਇਟੀ ਨੂੰ ਕੰਟਰੀਬਿਊਟ ਕਰਦਾ। ਮੈਂ ਸਾਰਿਆਂ ਨੂੰ ਗੱਲ ਕਹਾਂ, ਇਹਦੇ 4 ਬੈਂਡ ਨੇ ਪ੍ਰਧਾਨ, 4 ਬੈਂਡ, ਜੇ ਬੈਂਡ ਆਉਣਗੇ ਤਾਂ ਬੈਂਡ ਬਾਜੇ ਵੱਜਣਗੇ ਤੁਹਾਡੇ ਵਿਆਹ ਵਾਲੇ, ਸਿੱਧੀ ਜਿਹੀ ਗੱਲ ਆ, ਤਾਂ ਸਿੱਖ ਲਓ ਚੰਗੀ ਤਰੀਕੇ ਨਾਲ। ਇਹ ਸਟੋਰੀ ਹੈ ਕਿ ਇੱਕ ਬੰਦਾ ਜਿਹੜਾ ਸੋਸਾਇਟੀ ਨੂੰ ਕੰਟਰੀਬਿਊਟ ਕਰਦਾ ਉਹਦੇ ਬਾਰੇ ਦੱਸੋ। ਉਹ ਯਾਰ ਜਿਹੜੇ ਮਰਜ਼ੀ ਬਾਰੇ ਬੋਲੋ, ਤੁਹਾਨੂੰ ਕੋਈ ਫਰਕ ਨਹੀਂ ਹੈਗਾ, ਪਰ ਕਿਊ ਕਾਰਡ ਦਾ ਇੱਕ ਰੂਲ ਹੈ, ਬੰਦਿਸ਼ ਹੈ,
ਕਹਿਣ ਦਾ ਮਤਲਬ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਨੇ ਉਸ ਜੋ ਵੀ ਟੋਪਿਕ ਹੈ ਉਹਦੇ ਬਾਰੇ ਨਾ ਭਾਵੇਂ ਇੱਕ ਲਾਈਨ ਉਹਨੂੰ ਇੰਟਰੋਡਿਊਸ ਕਰ ਦਿਉ ਟੋਪਿਕ ਨੂੰ। ਨੰਬਰ 2 'ਤੇ ਇਹਨੇ ਕਿਹਾ ਹੂ ਦਿਸ ਪਰਸਨ ਇਜ਼, ਕੌਣ ਹੈ ਉਹ ਬੰਦਾ। ਤੁਹਾਡੀ ਆਪਣੀ ਸਾਰਿਆਂ ਦੀ ਮਰਜ਼ੀ ਹੈ, ਜਿਹਦਾ ਮਰਜ਼ੀ ਨਾਮ ਲਵੋ, ਜਿਹਨੇ ਸੋਸਾਇਟੀ 'ਚ ਕੰਟਰੀਬਿਊਟ ਕੀਤਾ ਹੋਵੇ ਮੇਰੇ। ਹਾਂ, ਪਰ ਟਰਾਈ ਕਰੀਓ ਥੋੜ੍ਹਾ ਜਿਹਾ ਨਾਮ ਫੈਮਿਲੀਅਰ ਹੋਵੇ। ਇਹ ਨਹੀਂ ਹੈਗਾ ਵੀ ਸਾਡੇ ਪਿੰਡ ਵਾਲਾ ਮੱਦੀ ਬਾਣੀ ਹੈ ਜੀ, ਬਹੁਤ ਸੇਵਾ ਕਰਦਾ, ਐਵੇਂ ਨਹੀਂ, ਉਹ ਥੋੜ੍ਹਾ ਜਿਹਾ ਲੈਵਲ ਵਧੀਆ ਨਹੀਂ ਰਹੂਗਾ। ਮੈਂ ਇਹ 'ਚ ਸੋਨੂ ਸੂਦ ਦੀ ਗੱਲ ਕਰੀ ਆ। ਸੋਨੂ ਸੂਦ ਸਾਰਿਆਂ ਨੂੰ ਪਤਾ, ਉਹਨੇ ਕਰੋਨਾ 'ਚ ਬਹੁਤ ਹੈਲਪ ਕਰੀ। ਹੂ ਦਾ ਪਰਸਨ ਮੈਂ ਸੋਨੂ ਸੂਦ ਕਹਿਤਾ, ਤੁਸੀਂ ਇਹਨੂੰ ਕਿਵੇਂ ਜਾਣਦੇ ਹੋ ਯਾਰ? ਇਹਨੂੰ ਮੈਂ ਸੋਸ਼ਲ ਮੀਡੀਆ ਦੇ ਥਰੂ ਹੀ ਜਾਣਦਾ, ਮਤਲਬ ਸੋਨੂ ਸੂਦ ਨੂੰ ਮੈਂ ਸੋਸ਼ਲ ਮੀਡੀਆ ਦੇ ਥਰੂ ਜਾਣਦਾ। ਦੋ ਚੀਜ਼ਾਂ ਹੋ ਗਈਆਂ, ਕਿਵੇਂ ਦੇ ਕੰਮ ਕਰਦਾ, ਕਰੋਨਾ 'ਚ ਇਹਨੇ ਹੈਲਪ ਬਹੁਤ ਕਰੀ ਹੈ, ਅਤੇ ਤੁਹਾਨੂੰ ਕਿਵੇਂ ਲੱਗਦਾ ਇਹ ਕੰਟਰੀਬਿਊਟ ਕਰਦਾ। ਮੈਂ ਕਹਿੰਦਾ ਇਹਨੇ ਇਹ ਐਵੇਂ ਦਾ ਸੈਲੀਬ੍ਰਿਟੀ ਹੈ ਜਿਹੜਾ ਡਾਊਨ ਟੂ ਅਰਥ ਹੈ, ਮਤਲਬ ਇੱਕ ਸਟੋਰੀ ਬਣ ਗਈ। ਅਤੇ ਲਾਸਟ 'ਤੇ ਮੇਰਾ ਕਨਕਲਿਊਜ਼ਨ ਜ਼ਰੂਰ ਕਰਨਾ, ਸਾਰੇ ਬੱਚੇ ਜਿਹੜੇ ਕਿਊ ਕਾਰਡ ਦੀ ਤਿਆਰੀ ਕਰਦੇ ਆ ਉਹਨਾਂ ਨੂੰ ਇੱਕ ਮਿੰਟ ਮਿਲਦਾ ਕਿਊ ਕਾਰਡ ਤਿਆਰ ਕਰਨ ਦੇ ਲਈ। ਉਹਨਾਂ ਨੇ ਇੰਨੇ ਟਾਈਮ 'ਚ ਬਸ ਇੱਕ ਚੀਜ਼ 'ਤੇ ਗੌਰ ਰੱਖਣੀ ਆ, ਪਹਿਲੇ ਨੂੰ ਹੂ ਬੰਦਾ ਕੌਣ ਹੈ ਆਹ ਦੱਸਾਂਗੇ, ਤੁਸੀਂ ਉਹਨੂੰ ਕਿਵੇਂ ਜਾਣਦੇ ਹੋ ਆਹ ਦੱਸਾਂਗੇ, ਅਤੇ ਉਹ ਕਿਵੇਂ ਦੇ ਕੰਮ ਕਰਦਾ ਆਹ ਦੱਸਾਂਗੇ, ਅਤੇ ਤੁਹਾਨੂੰ ਕਿਉਂ ਲੱਗਦਾ ਇਹ ਵਧੀਆ ਨੇ ਆਹ ਦੱਸਾਂਗੇ। ਛੋਟੇ ਛੋਟੇ ਪੁਆਇੰਟ ਬਣਾ ਲਓ ਇਹਨਾਂ ਦੇ, ਅਤੇ ਸਾਰਿਆਂ ਨੂੰ ਜੋੜ ਕੇ ਇੱਕ ਕਿਊ ਕਾਰਡ ਬਣ ਜੂਗਾ, ਤੁਸੀਂ ਦੇਖੋ ਸਟਾਰਟਿੰਗ 'ਤੇ। ਹਾਂ, ਕਈ ਵਾਰ ਦੋ ਬੁਲੇਟ ਪੁਆਇੰਟ ਦਾ ਵੀ ਇੱਕ ਕੰਬੀਨੇਸ਼ਨ ਬਣ ਜਾਂਦਾ, ਜਿਵੇਂ ਮੈਂ ਇੱਥੇ ਕਿਹਾ ਦੇਖੋ ਇੰਟਰੋਡਕਸ਼ਨ ਵੀ ਦੱਸੂੰਗਾ ਮੈਂ ਇਹਦੇ 'ਚ, ਹੂ ਦਿਸ ਪਰਸਨ ਵੀ ਦੱਸੂੰਗਾ ਮੈਂ ਇਹਦੇ 'ਚ, ਅਤੇ ਤੁਸੀਂ ਉਹਨੂੰ ਕਿਵੇਂ ਵੀ ਜਾਣਦੇ ਹੋ, ਮਤਲਬ ਹੂ ਵੀ ਹੋ ਗਿਆ ਕਵਰ, ਤੁਸੀਂ ਉਹਨੂੰ ਕਿਵੇਂ ਜਾਣਦੇ ਹੋ ਗਿਆ ਕਵਰ। ਦੇਖੋ ਮੈਂ ਇੰਟਰੋਡਕਸ਼ਨ ਸ਼ੁਰੂ ਕਰੀ, ਮੈਂ ਕਿਹਾ ਇਟ ਇਜ਼ ਕੁਆਇਟ ਅਨਫੋਰਚੁਨੇਟ ਦੈਟ ਮੋਸਟ ਪੀਪਲ ਆਰ ਬਿਕਮਿੰਗ ਸੈਲਫ ਸੈਂਟਰਡ, ਮਤਲਬ ਕੀ ਹੈ ਅੱਜ ਦੇ ਟਾਈਮ 'ਚ ਬਹੁਤ ਸਾਰੇ ਲੋਕ ਕੀ ਨੇ, ਸੈਲਫ ਸੈਂਟਰਡ ਨੇ, ਉਹ ਆਪਦੇ ਬਾਰੇ ਸੋਚਦੇ ਨੇਗੇ, ਬਟ ਸਟਿਲ ਦੇਰ ਆਰ ਸਮ ਪੀਪਲ ਹੂ ਅੰਡਰਸਟੈਂਡ ਦੇਅਰ ਰਿਸਪੋਂਸੀਬਿਲਿਟੀ ਐਂਡ ਕੰਟਰੀਬਿਊਟ ਟਵਾਰਡ ਸੋਸਾਇਟੀ ਐਂਡ ਦ ਪਰਸਨ ਆਈ ਐਮ ਗੋਇੰਗ ਟੂ ਟਾਕ ਅਬਾਊਟ ਇਜ਼। ਇਹ ਮੇਰੀ ਇੰਟਰੋ ਹੈ। ਇੰਟਰੋ ਦੇ ਵਿੱਚ ਮੈਂ ਕੀ ਕਿਹਾ, ਮੈਂ ਕਿਹਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਲੋਕ ਆਪਣੇ ਬਾਰੇ ਸੋਚਦੇ ਨੇ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਸੋਸਾਇਟੀ ਨੂੰ ਕੰਟਰੀਬਿਊਟ ਕਰਦੇ ਨੇ, ਮਤਲਬ ਇੰਟਰੋ ਆਊਟ ਦੱਸਦਾ ਉਹਦਾ। ਹੁਣ ਮੈਂ ਹੂ ਕੌਣ ਹੈ ਬੰਦਾ, ਮੈਂ ਕਿਹਾ ਅੱਜ ਮੈਂ ਜਿਹਦੀ ਗੱਲ ਕਰਨਾ ਉਹ ਫੇਮਸ ਬਾਲੀਵੁੱਡ ਦੀ ਪਰਸਨੈਲਿਟੀ ਹੈ, ਉਹਦਾ ਨਾਮ ਹੈ ਸੋਨੂ ਸੂਦ। ਅਤੇ ਹੁਣ ਇਹ ਜ਼ਰੂਰੀ ਨਹੀਂ ਹੈਗਾ ਵੀ ਸੋਨੂ ਸੂਦ ਨਾਲ ਬੈਂਡ ਆਣਗੇ, ਮੇਰੇ ਭਾਅ ਦਾ ਭਾਵੇਂ ਤੁਸੀਂ ਜਿਹਦਾ ਮਰਜ਼ੀ ਨਾਮ ਲੈ ਲਓ, ਮੈਂ ਕਿਸੇ ਹੋਰ ਦਾ ਨਾਮ ਲੈ ਲਾ, ਕਿਤੇ ਕਲੇਸ਼ ਕਰਾਂ ਵੀ ਸਰ ਜੀ ਉਰਫੀ ਜਾਵੇਦ ਕਹਿੰਦਾ ਹੈਗਾ, ਉਹ ਹਰੇਕ ਦਾ ਆਪਦਾ ਆਪਦਾ ਸਿਸਟਮ ਹੈ, ਠੀਕ ਹੈ। ਹੂ ਇਜ਼ ਅ ਗ੍ਰੇਟ ਸੋਸ਼ਲ ਵਰਕਰ, ਉਹ ਬਹੁਤ ਵਧੀਆ ਸੋਸ਼ਲ ਵਰਕਰ ਹੈ। ਆਈ ਫੀਲ ਪ੍ਰਾਊਡ ਦੈਟ ਹੀ ਇਜ਼ ਫਰੋਮ ਮਾਈ ਹੋਮ ਟਾਊਨ ਮੋਗਾ, ਉਹ ਮੇਰੇ ਹੋਮ ਟਾਊਨ ਮੋਗਾ ਤੋਂ ਹੈ, ਅਤੇ ਉਹ ਫੇਮਸ ਇੰਟਰਨੈਸ਼ਨਲੀ ਹੈ ਫੋਰ ਹਿਜ਼ ਗੁੱਡ ਡੀਡਸ, ਅਤੇ ਉਹਦੀਆਂ ਮਤਲਬ ਚੰਗੇ ਕਰਮਾਂ ਕਰਕੇ ਉਹਨੂੰ ਜਾਣਿਆ। ਮਤਲਬ ਮੇਰੇ ਬੰਦਾ ਕੌਣ ਹੈ, ਸੋਨੂ ਸੂਦ, ਤੁਸੀਂ ਉਹਨੂੰ ਕਿਵੇਂ ਜਾਣਦੇ ਹੋ, ਸਾਡੇ ਤਾਂ ਸ਼ਹਿਰ ਦੇ ਜੀ, ਸਾਡੇ ਸ਼ਹਿਰ ਦੇ। ਮਤਲਬ ਆਪਾਂ ਨੇ ਕੀ ਕਰਿਆ, ਇੰਟਰੋ ਟੋਪਿਕ ਦੀ ਦੱਸਤੀ ਕਿ ਦੁਨੀਆਂ 'ਚ ਬੜੇ ਲੋਕ ਨੇ, ਲੋਕਾਂ ਦੀ ਮਦਦ ਨਹੀਂ ਕਰਦੇ ਪਰ ਕਈ ਕਰਦੇ ਨੇ, ਬੰਦਾ ਕੌਣ ਹੈ ਸੋਨੂ ਸੂਦ, ਕਿਵੇਂ ਜਾਣਦੇ ਹੋ ਤੁਹਾਡੇ ਸ਼ਹਿਰ ਦਾ, ਅਗਲੀ ਗੱਲ ਕੀ ਕਿਵੇਂ ਦਾ ਕੰਮ ਕਰਦਾ ਉਹ। ਚਲੋ ਜੀ ਅਗਲੇ ਪੈਰੇ 'ਚ ਮੈਂ ਕਿਵੇਂ ਦਾ ਕੰਮ, ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਬਣਾ ਕੇ ਤੁਹਾਡਾ ਕਿਊ ਕਾਰਡ ਬਣਦਾ ਹੈਗਾ, ਅਤੇ ਇੱਕ ਵੀ ਬੁਲੇਟ ਪੁਆਇੰਟ ਮਿਸ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈਗਾ ਤੁਸੀਂ ਕਹੋਗੇ ਵੀ ਸਰ ਇਹ ਮਿਸ ਕਰਦਾ, ਇੱਕ ਵੀ ਮਿਸ ਹੋ ਗਿਆ ਬੈਂਡ ਗਏ, ਬਸ ਆ ਗਏ ਮੈਂ। ਕਿਵੇਂ ਦੇ ਕੰਮ ਕਰਦਾ, ਕਹਿੰਦਾ ਦੋ ਹੀ ਹੈਜ਼ ਬੀਨ ਹੈਲਪਿੰਗ ਅਦਰ ਫੋਰ ਏਜਿਸ, ਬੜੇ ਲੰਬੇ ਟਾਈਮ ਤੋਂ ਹੈਲਪ ਕਰ ਰਹੇ ਹੋ, ਬਟ ਗੋਟ ਇਨ ਟੂ ਦਾ ਲਾਈਮ ਲਾਈਟ ਡਿਊਰਿੰਗ ਦਾ ਕਰੋਨਾ ਪੈਂਡੈਮਿਕ, ਪਰ ਹੁਣ ਜ਼ਿਆਦਾ ਲੋਕਾਂ ਦੇ ਮੂਹਰੇ ਉਹ ਕਦੋਂ ਆਇਆ, ਕਰੋਨਾ 'ਚ। ਇਟ ਵਾਜ਼ ਅ ਟਾਈਮ ਵੈਨ ਪੀਪਲ ਵਰ ਇਨ ਗ੍ਰੇਟ ਫੀਅਰ ਡਿਊ ਟੂ ਦਾ ਡੈਡਲੀ ਵਾਇਰਸ। ਅਨਫੋਰਚੁਨੇਟਲੀ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਾਇਰਸ ਆ ਗਿਆ ਸੀਗਾ ਕਰੋਨਾ, ਸਾਰੇ ਲੋਕ ਡਰਦੇ ਸੀ ਉਹ ਤੋਂ, ਹੈ ਨਾ, ਬੜੇ ਲੋਕਾਂ ਨੇ, ਮੈਂ ਕਹਿੰਦਾ ਕਈਆਂ ਨੇ ਤਾਂ ਆਪਦੇ ਪਰਿਵਾਰ ਦੇ ਜੀਆਂ ਦਾ ਸੰਸਕਾਰ ਵੀ ਨਹੀਂ ਕਰਿਆ ਵੀ ਹਾਏ ਕਿਤੇ ਸਾਨੂੰ ਨਾ ਹੋ ਜਾਏ,
ਯਾਦ ਹੈ ਕਿ ਭੁੱਲ ਗਏ? ਕਹਿੰਦਾ ਇਟ ਵਾਜ਼ ਅ ਵੈਰੀ ਟਫ ਟਾਈਮ ਫੋਰ ਡੇਲੀ ਵੇਜਰ, ਡੇਲੀ ਵੇਜਰ ਨੇ ਜਿਹੜੇ ਵਿਚਾਰੇ ਰੋਜ਼ ਦਾ ਕੰਮ ਕਰਦੇ ਨੇ, ਹੂ ਲੋਸਟ ਦੇਅਰ ਵਰਕ ਡਿਊਰਿੰਗ ਲੋਕਡਾਊਨ, ਕੰਮ ਚੱਲ ਗਿਆ ਸੀਗਾ ਬਟ ਦੇ ਵਰ ਨੋਟ ਏਬਲ ਟੂ ਮੇਕ ਬੋਥ ਐਂਡਸ ਮੀਟ ਐਂਡ ਦਿਸ ਵਾਜ਼ ਅ ਟਾਈਮ ਵੈਨ ਸੋਨੂ ਸੂਦ ਅਨਾਊਂਸਡ ਹੀ ਵੁੱਡ ਪ੍ਰੋਵਾਈਡ ਫੂਡ ਐਂਡ ਸ਼ੈਲਟਰ ਟੂ ਆਲ ਦਾ ਅਫੈਕਟਡ ਪੀਪਲ। ਮਤਲਬ ਉਹਨੇ ਕਿਵੇਂ ਦਾ ਕੰਮ ਕਰਿਆ? ਪਹਿਲਾਂ ਵੀ ਉਹ ਬੜੇ ਟਾਈਮ ਤੋਂ ਕੰਮ ਕਰਦਾ ਆ ਰਿਹਾ, ਕਰੋਨਾ 'ਚ ਕੰਮ ਕਰਿਆ, ਜਿਹਨਾਂ ਦੀ ਨੌਕਰੀ ਬਾਗੀ ਉਹਨਾਂ ਨੂੰ ਉਹਨੇ ਖਾਣਾ ਰਹਿਣ ਨੂੰ ਸਭ ਕੁਛ ਦਿੱਤਾ। ਹੁਣ ਲਾਸਟ 'ਤੇ ਉਹਨੇ ਪੁੱਛਿਆ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਸੋਸਾਇਟੀ ਨੂੰ ਕਿਉਂ ਕੰਟਰੀਬਿਊਟ ਕਰਦਾ? ਮੈਂ ਕਿਹਾ ਇਨ ਐਡੀਸ਼ਨ ਦੇ ਜਿਹੜੇ ਲੇਬਰਸ ਨੇ ਨਾ ਹੂ ਵਰ ਵਰਕਿੰਗ ਅਵੇ ਫਰੋਮ ਦੇਅਰ ਹੋਮ ਟਾਊਨ, ਕਈ ਲੇਬਰ ਵਿਚਾਰੇ ਆਪਦੇ ਘਰਾਂ ਤੋਂ ਇੰਨੀ ਦੂਰ ਕੰਮ ਕਰਦੇ ਨੇ ਐਂਡ ਵਰ ਨੋਟ ਏਬਲ ਟੂ ਟਰੈਵਲ ਬੈਕ, ਅਤੇ ਉਹ ਵਾਪਸ ਨਹੀਂ ਜਾ ਸਕਦੇ ਬਿਕੋਜ਼ ਦਾ ਪਬਲਿਕ ਟਰਾਂਸਪੋਰਟ ਵਾਜ਼ ਨੋਟ ਦਾ ਓਪਰੇਸ਼ਨਲ, ਪਬਲਿਕ ਟਰਾਂਸਪੋਰਟ ਚੱਲ ਨਹੀਂ ਰਹੀ ਸੀਗੀ। ਹੀ ਅਰੇਂਜਡ ਹੰਡਰਡ ਆਫ ਬੱਸਿਸ, ਉਹਨੇ ਇੰਨੀਆਂ ਬੱਸਾਂ ਅਰੇਂਜ ਕਰੀਆਂ, ਹੈਲਪ ਕਰੀ 1000 ਮਾਈਗਰੈਂਟ ਵਰਕਰ ਦੀ ਤਾਂ ਕਿ ਉਹ ਆਪਣੇ ਪਰਿਵਾਰਾਂ ਨੂੰ ਮਿਲਣ। ਮਤਲਬ ਉਹ ਤੁਹਾਨੂੰ ਕਿਉਂ ਲੱਗਦਾ ਵੀ ਉਹਨੇ ਇੰਨਾ ਵਧੀਆ ਕੰਮ ਕਰਿਆ? ਜਿਹੜੇ ਟਾਈਮ ਲੋਕ ਇੱਕ ਦੂਜੇ ਨੂੰ ਮਿਲਣਾ ਪਸੰਦ ਨਹੀਂ ਕਰਦੇ ਸੀ, ਯਕੀਨ ਕਰੋ ਲੋਕ ਤਾਂ ਦੂਰੋਂ ਕਹਿੰਦੇ ਰਿਸ਼ਤੇਦਾਰਾਂ ਨੂੰ ਵੀ ਭੈਣ ਜੀ ਹਾਲ ਚਾਲ ਨਾ ਪੁੱਛਣਾ, ਹੀ ਦੂਰ ਹੀ ਰਹਿ ਜਾਓ, ਤਾਂ ਕਹਿਣ ਦਾ ਮਤਲਬ ਹੈ ਉਹਨਾਂ ਟਾਈਮਾਂ 'ਚ ਇਹਨੇ ਬੰਦੇ ਨੇ ਹੈਲਪ ਕਰੀ ਸੀ। ਇਨਫੈਕਟ ਹੀ ਇਜ਼ ਅ ਹਾਈਲੀ ਐਕਟਿਵ ਔਨ ਸੋਸ਼ਲ ਮੀਡੀਆ ਐਂਡ ਹੂ ਸੋ ਐਵਰ ਅਪਰੋਚਿਜ ਹਿਮ, ਜਿਹੜਾ ਬੰਦਾ ਇਹਨੂੰ ਅਪਰੋਚ ਕਰਦਾ ਸੀ ਉਹਦੀ ਹੈਲਪ ਨੂੰ ਕਦੇ ਇਹਨੇ ਨੋ ਤਾਂ ਕਹੀ ਓ ਨਹੀਂ ਹੈਗੀ ਮਾਂ ਦੇ ਪੁੱਤ ਨੇ। ਐਵਰੀ ਟਾਈਮ ਹੀ ਵਿਜ਼ਿਟਸ ਮਾਈ ਸਿਟੀ ਹੀ ਕੰਟਰੀਬਿਊਟਸ ਇਨ ਸਮ ਵੇ, ਫੋਰ ਐਗਜ਼ਾਮਪਲ ਲੇਟਲੀ ਹੀ ਡਿਸਟ੍ਰੀਬਿਊਟਡ ਬਾਈਸਾਈਕਲ, ਇਹਨੇ ਬਾਈਸਾਈਕਲ ਵੀ ਦਿੱਤੇ ਟੂ 1000 ਆਫ ਸਕੂਲ ਗੋਇੰਗ ਗਰਲਸ ਨੂੰ ਦਿੱਤੇ ਟੂ ਐਮਪਾਵਰ ਦੈਮ, ਉਹਨਾਂ ਨੂੰ ਮਤਲਬ ਕੋਈ ਚੰਗੇ ਤਰੀਕੇ ਨਾਲ ਉਹਨਾਂ ਨੂੰ ਸਟੇਬਲ ਕੀਤਾ ਇਹ ਬੰਦੇ ਨੇ। ਤੇਰਾ ਕੰਕਲੂਜ਼ਨ ਕੀ ਕੀਤਾ? ਮੈਂ ਕਿਹਾ ਹੀ ਗ੍ਰੇਟ ਐਗਜ਼ਾਮਪਲ ਫੋਰ ਅਦਰ ਟੂ ਅੰਡਰਸਟੈਂਡ, ਹੀ ਇਜ਼ ਅ ਗ੍ਰੇਟ ਐਗਜ਼ਾਮਪਲ ਇਜ਼ ਰਹਿ ਗਿਆ ਹੁਣ ਇੱਥੇ ਦੇਅਰ ਰੋਲ ਟਵਾਰਡ ਸੋਸਾਇਟੀ, ਉਹਨੂੰ ਆਪਣਾ ਰੋਲ ਸੋਸਾਇਟੀ ਬਾਰੇ ਵੀ ਪਤਾ ਹੈ ਐਂਡ ਆਈ ਵਿਸ਼ ਆਈ ਟੂ ਬੀ ਗੋਨ ਅ ਸੋਸ਼ਲ ਵਰਕਰ ਲਾਈਕ ਹਿਮ ਵਨ ਡੇ, ਮੈਨੂੰ ਵੀ ਹੈ ਕਿ ਮੈਂ ਉਹਦੇ ਵਰਗਾ ਸੋਸ਼ਲ ਵਰਕਰ ਬਣ ਜਾ। ਤੁਸੀਂ ਇੱਧਰ ਆਓ ਹੁਣ, ਆ ਜਾਓ, ਦੇਖੋ ਆਹ ਕਿਊ ਕਾਰਡ ਸੀਗਾ, ਗੇਮ ਕਿੱਥੇ ਘੁੰਮੀ? ਇੱਥੇ। ਮੈਂ ਕਿਹਾ ਬੰਦਾ ਕੌਣ ਹੈ ਸੋਨੂ ਸੂਦ, ਜਾਣਦਾ ਕਿਵੇਂ ਮੇਰੇ ਸ਼ਹਿਰ ਦਾ, ਕਿਵੇਂ ਦੀ ਹੈਲਪ ਕਰੀ ਕਰੋਨਾ 'ਚ ਕਰੀ, ਤੁਹਾਨੂੰ ਕਿਉਂ ਲੱਗਦਾ? ਕਿਉਂਕਿ ਉਹਨੇ ਬੜੇ ਲੋਕਾਂ ਨੂੰ ਬੱਸਾਂ ਭਰ ਭਰ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਵਾਇਆ ਸੀਗਾ ਅਤੇ ਬਹੁਤ ਬੱਚਿਆਂ ਨੂੰ ਸਾਈਕਲ ਵਗੈਰਾ ਦਿੱਤੇ ਸੀ। ਤਾਂ ਕੰਕਲੂਜ਼ਨ 'ਚ ਮੈਂ ਕਿਹਾ ਵੀ ਇਹ ਬੰਦੇ ਵਰਗਾ ਮੈਂ ਬਣ ਜਾਂ ਸੋਸ਼ਲ ਵਰਕਰ, ਦੈਟਸ ਇਟ। ਇਹਨੂੰ ਕਹਿੰਦੇ ਨੇ ਸਟੋਰੀ ਬਣਾਉਣਾ, ਹੁਣ ਜ਼ਰੂਰੀ ਨਹੀਂ ਹੈਗਾ ਜਿਹਦਾ ਮਰਜ਼ੀ ਨਾਮ ਲਓ, ਗੱਲ ਖਤਮ। ਅਤੇ ਵਾਰੀ ਰਹਿ ਗਈ ਬਾਬਾ ਜੀ ਪਾਰਟ 3 ਦੀ। ਪਾਰਟ 3 ਦਾ ਮਤਲਬ ਕੀ ਹੈ? ਫੋਲੋ ਅਪ, ਇਹਨੂੰ ਕਹਿੰਦੇ ਆ ਰਹੇ ਫੋਲੋ ਅਪ ਕੁਸ਼ਚਨ। ਕੋਈ ਨਵਾਂ ਕੁਛ ਨਹੀਂ ਪੁੱਛਿਆ ਜਾਣਾ, ਜੋ ਤੁਹਾਡੇ ਤੋਂ ਉੱਪਰ ਕਿਊ ਕਾਰਡ 'ਚ ਪੁੱਛਿਆ ਗਿਆ ਉਸੇ ਦੇ ਰਿਲੇਟਡ 4-5 ਕੁਸ਼ਚਨ ਹੋਣਗੇ। ਡੂ ਪੀਪਲ ਨਾਓ ਡੇਜ਼ ਹੈਲਪ ਅਦਰ ਮੋਰ ਦੈਨ ਇਨ ਦਾ ਪਾਸਟ, ਕੀ ਅੱਜ ਕੱਲ੍ਹ ਲੋਕ ਜ਼ਿਆਦਾ ਮਦਦ ਕਰਦੇ ਨੇ ਪਹਿਲਾਂ ਨਾਲੋਂ ਪਾਸਟ ਨਾਲੋਂ? ਅਤੇ ਆਹ ਕੁਸ਼ਚਨ ਥੋੜ੍ਹੇ ਜਿਹੇ ਵੱਧ ਐਕਸਪਲੇਨ ਕਰਨੇ ਪੈਣਗੇ, ਘੱਟੋ ਘੱਟ 3-4 ਲਾਈਨਾਂ 'ਚ, ਜੇ ਕੋਈ ਐਗਜ਼ਾਮਪਲ ਆਉਂਦੀ ਤਾਂ ਐਡ ਕਰ ਸਕਦੇ। ਮੈਂ ਕਿਹਾ ਦੇਅਰ ਹੈਵ ਬੀਨ ਹੈਲਪਫੁੱਲ ਪੀਪਲ ਇਨ ਐਵਰੀ ਐਰਾ, ਕਹਿੰਦਾ ਦੇਖੋ ਹੈਲਪਫੁੱਲ ਲੋਕ ਤਾਂ ਹਰੇਕ ਐਰਾ 'ਚ ਹੁੰਦੇ ਨੇ, ਦੇ ਯੂਜ਼ ਦਾ ਮੀਨਸ ਦੇ ਕੈਨ ਟੂ ਹੈਲਪ ਅਦਰਸ ਇਨ ਨੀਡ, ਉਹ ਲੋਕਾਂ ਦੀ ਮਦਦ ਕਰਦੇ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ। ਆਈ ਬਿਲੀਵ ਦੈਟ ਪੀਪਲ ਹੈਵ ਅ ਮੋਰ ਮੀਨਸ ਟੂ ਹੈਲਪ ਅਦਰ ਪੀਪਲ ਐਨੀਵੇਅਰ ਇਨ ਦਾ ਵਰਲਡ ਬਿਕੋਜ਼ ਆਫ ਟੈਕਨੋਲੋਜੀ, ਅੱਜ ਕੱਲ੍ਹ ਲੋਕਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੋ ਗਈ, ਦੈਟ ਵਾਜ਼ ਨੋਟ ਪੋਸੀਬਲ ਇਨ ਦਾ ਪਾਸਟ। ਦੇਖੋ ਪਹਿਲਾਂ ਲੋਕਾਂ ਕੋਲ ਵਿਚਾਰਿਆਂ ਕੋਲ ਟੈਕਨੋਲੋਜੀ ਨਹੀਂ ਸੀ। ਕਈ ਵਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੈਨੇਡਾ ਦੇ ਵਿੱਚ ਕਿਸੇ ਵਿਚਾਰੇ ਸਟੂਡੈਂਟ ਨਾਲ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਅਤੇ ਇੱਕ ਬਹੁਤ ਵੱਡੀ ਘਟਨਾ ਸ਼ਾਇਦ ਤੁਹਾਨੂੰ ਹੁਣ ਪਤਾ ਲੱਗਿਆ ਹੋਊਗਾ, ਕਿਚਨਰ ਦੇ ਵਿੱਚ ਕਰੰਟ ਇੱਕ ਘਟਨਾ ਹੋਈ ਹੈ, ਇੱਕ ਪੰਜਾਬੀ ਬੱਚੇ ਦੀ ਡੈਥ ਹੋ ਗਈ ਅਤੇ ਬਾਕੀ ਬਹੁਤ ਸਾਰੇ ਬੱਚੇ ਜ਼ਖਮੀ ਵੀ ਹੋ ਗਏ। ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ, ਰੂਮ ਦੇ ਵਿੱਚ ਜਿਹੜਾ ਹੀਟਰ ਲਾਉਣਾ ਨਾ, ਰਾਤ ਨੂੰ ਗੇਟ ਬੰਦ ਕਰਕੇ ਹੀਟਰ ਨਾ ਲਾਇਆ ਕਰੋ, ਇਹਦੇ ਨਾਲ ਜਿਹੜੀ ਆਕਸੀਜਨ ਬਿਲਕੁਲ ਖਤਮ ਹੋ ਜਾਂਦੀ ਹੈ, ਪਹਿਲੀ ਗੱਲ। ਦੂਜੀ ਗੱਲ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਆਕਸੀਜਨ ਮਤਲਬ ਹੀਟਰ ਲਾਏ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ, ਠੰਡ ਬਹੁਤ ਜ਼ਿਆਦਾ ਹੈ, ਮਾਰਕੀਟ ਦੇ ਵਿੱਚ ਐਵੇਂ ਦੇ ਹੀਟਰ ਵੀ ਮਿਲਦੇ ਨੇ ਜਿਹੜੇ ਰਾਤ ਨੂੰ ਤੁਸੀਂ
ਲਾਈਕ ਲਾ ਕੇ ਗੇਟ ਬੰਦ ਕਰਕੇ ਵੀ ਸੌ ਜਾਓ, ਉਹ ਆਕਸੀਜਨ ਨੂੰ ਕੋਈ ਇਫੈਕਟ ਨਹੀਂ ਕਰਦਾ, ਓਇਲ ਓਇਲ ਹੀਟਰ ਹੁੰਦੇ ਨੇ ਉਹ, ਪਰ ਸਾਰੇ ਬੱਚਿਆਂ ਦੀ ਜਾਨ ਬਹੁਤ ਪਿਆਰੀ ਹੈ। ਮਾਂ ਪਿਓ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ, ਤਾਂ ਮੇਰੀ ਬੇਨਤੀ ਹੈ ਕਿ ਇੰਨਾ ਕੁ ਥੋੜ੍ਹੀ ਜਿਹੀ ਗੌਰ ਕਰਿਆ ਕਰੋ। ਪੰਜਾਬੀ ਮੁੰਡੇ ਆਪਣੇ ਕਿੰਨੇ ਜ਼ਿਆਦਾ ਪਾਣੀਆਂ 'ਚ ਡੁੱਬ ਜਾਂਦੇ ਨੇ ਉੱਥੇ ਜਾ ਕੇ, ਤਾਂ ਪਲੀਜ਼ ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾ ਜਿਹੜੇ ਹੈਗੇ ਆ ਤਾਂ ਮੇਰੀਆਂ ਵੀਡੀਓਜ਼ ਦੇਖਦੇ ਆ, ਤਾਂ ਇਹ ਸੁਨੇਹਾ ਬੱਚਿਆਂ ਤੱਕ ਜ਼ਰੂਰ ਪਹੁੰਚਾਈਓ। ਦੈਟਸ ਇਟ, ਠੀਕ ਆ। ਤਾਂ ਇਹਦਾ ਮਤਲਬ ਇਹ ਹੈਗਾ। ਹੁਣ ਦੂਜਾ ਕੁਸ਼ਚਨ ਕੀ ਹੈ, ਹੂ ਸ਼ੁੱਡ ਟੀਚ ਚਿਲਡਰਨ ਟੂ ਹੈਲਪ ਅਦਰ, ਪੇਰੈਂਟਸ ਜਾਂ ਟੀਚਰ, ਤੁਹਾਨੂੰ ਕੀ ਲੱਗਦਾ ਵੀ ਦੂਜਿਆਂ ਦੀ ਮਦਦ ਕਰਨੀ ਕੌਣ ਸਿਖਾਵੇ, ਮਾਂ ਪਿਓ ਜਾਂ ਟੀਚਰ? ਡੈਫੀਨੇਟਲੀ ਦੋਵੇਂ। ਹੁਣ ਇਕੱਲੇ ਮਾਂ ਪਿਓ ਨਾਲ ਨਹੀਂ ਸਰਨਾ, ਟੀਚਰ ਨਾਲ ਨਹੀਂ ਸਰਨਾ। ਕਹਿੰਦਾ ਬੋਥ ਪੇਰੈਂਟਸ ਅਤੇ ਟੀਚਰ ਨੇ ਨਾ ਉਹ ਸ਼ੇਅਰ ਕਰਨਾ ਆਪਣੀ ਰਿਸਪੋਂਸੀਬਿਲਿਟੀ ਟੂ ਇਨਸ਼ੋਰ ਦੈਟ ਚਿਲਡਰਨ ਲਰਨ ਟੂ ਹੈਲਪ ਅਦਰਸ। ਪੇਰੈਂਟਸ ਸ਼ੁੱਡ ਬੀ ਰੋਲ ਮਾਡਲ ਫੋਰ ਦੇਅਰ ਐਂਡ ਟੀਚਰਸ ਕੈਨ ਹੈਵ ਲੈਸਨ ਐਂਡ ਐਕਟੀਵਿਟੀਜ਼ ਇਨ ਸਕੂਲ, ਤਾਂ ਕਿ ਉਹ ਇਨਕਲਕੇਟ ਕਰ ਸਕਦੇ ਨੇ ਇਹਦੀ ਵੈਲਿਊ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ। ਮਤਲਬ ਮਾਂ ਪਿਓ ਘਰੇ ਸਿਖਾਉਣ, ਟੀਚਰ ਸਕੂਲ 'ਚ ਸਿਖਾਉਣ, ਤਾਂ ਬੱਚਾ ਹੈਲਪ ਕਰਨੀ ਆਪੇ ਸਿੱਖ ਜੂਗਾ। ਤੁਸੀਂ ਇਹ ਦੇਖੋ, ਇਹ ਓਰਿਜਨਲ ਗੱਲਾਂ ਨੇ, ਝੂਠੀਆਂ ਗੱਲਾਂ ਨਹੀਂ ਹੈਗੀਆਂ। ਪਾਰਟ 3 'ਚ ਝੂਠ ਨਹੀਂ ਚੱਲਦਾ ਹੈਗਾ। ਰਹੀ ਗੱਲ 3 ਨੰਬਰ 'ਤੇ, ਇਨ ਵੱਟ ਕਾਇੰਡ ਆਫ ਪ੍ਰੋਫੈਸ਼ਨ ਡੂ ਪੀਪਲ ਹੈਲਪ ਅਦਰਸ ਮੋਰ, ਤੁਹਾਨੂੰ ਕੀ ਲੱਗਦਾ ਵੀ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਲੋਕ ਕਿਸੇ ਦੀ ਮਦਦ? ਯਾਰ ਜੇ ਬੂਟ ਪੋਲਿਸ਼ ਕਰਦਾ ਉਹ ਵੀ ਤਾਂ ਕਿਸੇ ਦੀ ਹੈਲਪ ਕਰ ਰਿਹਾ, ਪੋਚੇ ਲਾ ਰਿਹਾ ਕੋਈ, ਉਹ ਵੀ ਹੈਲਪ ਕਰ ਰਿਹਾ। ਮੈਂ ਕਹਿੰਦਾ ਇੱਕ ਗੱਲ ਯਾਦ ਰੱਖੀਓ, ਜਿਹੜਾ ਬੰਦਾ ਜਿਹਦੀ ਗੇਟਕੀਪਰ ਨਾਲ, ਗੇਟਕੀਪਰ ਨਾਲ ਜਿਹਦੀ ਵੇਟਰ ਨਾਲ ਬਣਦੀ ਹੋਊਗੀ, ਉਹ ਬੰਦਾ ਆਮ ਨਹੀਂ ਹੈਗਾ। ਮੈਥੋਂ ਲਿਖ ਕੇ ਲੈ ਲਓ, ਕਹਿਣ ਦਾ ਮਤਲਬ ਹੈ ਬਹੁਤ ਲੋਕਾਂ ਕੋਲ ਚਾਰ ਛੱਲੜ ਆ ਜਾਂਦੇ ਨੇ, ਉਹ ਮੈਂ ਕਹਿੰਦਾ ਤੁਸੀਂ ਤੋਂ ਤੂੰ 'ਤੇ ਆ ਜਾਂਦੇ ਨੇ, ਆਪਦੀ ਤੋਂ ਵੱਡੀ ਉਮਰ ਨੂੰ ਦੇਖਣਾ ਚਾਹੀਦਾ। ਕਹਿਣ ਦਾ ਮਤਲਬ ਹੈ ਬੰਦੇ ਨੂੰ ਹਰੇਕ ਪ੍ਰੋਫੈਸ਼ਨ ਦੀ ਰਿਸਪੈਕਟ ਕਰਨੀ ਚਾਹੀਦੀ ਆ। ਮੈਂ ਤਾਂ ਮੇਰੇ ਇੰਸਟੀਟਿਊਟ ਦੇ ਵਿੱਚ ਮੈਂ ਕਹਿੰਦਾ ਜਦੋਂ ਰਿਜ਼ਲਟ ਆਉਂਦਾ ਨਾ, ਮੈਂ ਇਹ ਕਹਿੰਦਾ ਵੀ ਬਾਹਰ ਬੈਠਾ ਫੌਜੀ ਜਿਹੜਾ ਗਾਰਡ ਹੈ ਉਹਦੇ ਤੋਂ ਲੈ ਕੇ ਜਿਹੜੀ ਆਂਟੀ ਵਿਚਾਰੀ ਸਫਾਈ ਕਰਦੀ ਆ, ਸਾਰਿਆਂ ਦਾ ਰੋਲ ਹੈ। ਇਹ ਨਹੀਂ ਹੈਗਾ ਇਕੱਲੇ ਰਮਨ ਦੇ ਹੈਗਾ। ਕਹਿਣ ਦਾ ਮਤਲਬ ਹੈ ਜਦੋਂ ਟੀਮ ਕੰਮ ਕਰਦੀ ਹੈ ਹਰੇਕ ਬੰਦੇ ਦੀ ਇੱਕ ਆਪਣੀ ਇੰਪੋਰਟੈਂਸ ਹੈ, ਠੀਕ ਹੈ ਨਾ। ਤਾਂ ਕਿਹੜੇ ਕਿਹੜੇ ਪ੍ਰੋਫੈਸ਼ਨ ਕਹਿੰਦਾ ਸੋਸਾਇਟੀ 'ਚ ਜ਼ਿਆਦਾ ਹੈਲਪ ਕਰਦੇ ਨੇ? ਮੈਨੂੰ ਲੱਗਦਾ ਕਹਿੰਦਾ ਸਾਰੇ ਪ੍ਰੋਫੈਸ਼ਨ ਨੇ, ਡਾਇਰੈਕਟਲੀ ਅਤੇ ਇਨਡਾਇਰੈਕਟਲੀ ਸਾਰੇ ਹੀ ਕਰਦੇ ਆ, ਠੀਕ ਹੈ। ਹਾਊਏਵਰ ਦੋਜ਼ ਵਰਕਿੰਗ ਜਿਹੜੇ ਸੋਸ਼ਲ ਕਮਿਊਨਿਟੀ ਸਰਵਿਸ ਕਰਦੇ ਨੇ, ਐਨ ਜੀ ਓ ਚਲਾਉਂਦੇ ਨੇ, ਐਜੂਕੇਸ਼ਨ ਹੈ ਜਿਹੜੀ ਜਾਂ ਸੋਸ਼ਲ ਇਸ਼ੂਜ਼, ਇਹ ਸਾਰੇ ਡਾਕਟਰਸ ਵਗੈਰਾ ਸਾਰੇ ਹੈਲਪ ਕਰਦੇ ਨੇ। ਇਹ ਤਾਂ ਯਾਰ ਦੇਖੋ, ਹੁਣ ਮਿਸਤਰੀ ਹੈ, ਮਿਸਤਰੀ ਵੀ ਤਾਂ ਹੈਲਪ ਕਰਦਾ, ਜੇ ਉਹ ਨਾ ਹੋਵੇ ਘਰ ਕਿਵੇਂ ਪਵੇ? ਹਰੇਕ ਬੰਦਾ ਹੈਲਪ ਕਰਦਾ। ਵਾਈ ਆਰ ਸਮ ਪੀਪਲ ਵਿਲਿੰਗ ਟੂ ਹੈਲਪ ਅਦਰ? ਕਈ ਲੋਕ ਦੂਜਿਆਂ ਦੀ ਮਦਦ ਕਰਨ ਦੇ ਲਈ ਕਿਉਂ ਵਿਲਿੰਗ ਹੁੰਦੇ ਨੇ? ਜਿਹੜੇ ਲੋਕ ਨਾ ਐਮਪੈਥੈਟਿਕ ਹੁੰਦੇ ਨੇ, ਦੂਜਿਆਂ ਦੀਆਂ ਪ੍ਰੋਬਲਮ ਸੁਣਦੇ ਨੇ, ਸੈਂਸਿਟਿਵ ਹੁੰਦੇ ਨੇ, ਹਾਂ ਕੰਪੈਸ਼ਨੇਟ ਹੁੰਦੇ ਨੇ, ਦੂਜਿਆਂ ਦੀਆਂ ਪ੍ਰੋਬਲਮ ਨੂੰ ਅੰਡਰਸਟੈਂਡ ਵੀ ਕਰਦੇ ਨੇ, ਉਹ ਜ਼ਿਆਦਾ ਵਿਲਿੰਗ ਹੁੰਦੇ ਨੇ। ਜਿਹੜੇ ਭੋਲੇ ਹੁੰਦੇ ਨੇ, ਪਰ ਇੱਕ ਗੱਲ ਯਾਦ ਰੱਖਿਓ, ਜਿੰਨੇ ਭੋਲੇ ਹੋਣਗੇ ਨਾ ਉਹਨਾਂ ਲੋਕ ਖਾਸਮ ਦੇ ਠੱਗੀ ਜ਼ਿਆਦਾ ਮਾਰਦੇ ਨੇ, ਕਿਉਂਕਿ ਹਮੇਸ਼ਾ ਜਿਹੜਾ ਬੰਦਾ ਸਿੱਧਾ ਹੁੰਦਾ ਨਾ, ਸਿੱਧੇ ਦਰਖਤਾਂ ਨੂੰ ਪਹਿਲਾਂ ਵੱਢਿਆ ਜਾਂਦਾ ਕਿ ਆਹ ਕੰਮ ਦਾ, ਇਹਨੂੰ ਵੱਢ ਦਿਉ। ਜਿਹੜੇ ਟੇਢੇ ਹੁੰਦੇ ਨੇ ਨਾ, ਉਹਨਾਂ ਕਨੀ ਝਾਕਦੇ ਨੇ ਕਿ ਵੀ ਇਹਦੀ ਕੀ ਲੋੜ ਹੈ। ਤਾਂ ਕਹਿਣ ਦਾ ਮਤਲਬ ਇੱਥੋਂ ਦਿਮਾਗ ਯੂਜ਼ ਕਰਿਆ ਕਰੋ ਵੀ ਕਿਹਦੀ ਹੈਲਪ ਕਰਨੀ ਕਿਹਦੀ ਨਹੀਂ। ਅਤੇ ਰਹੀ ਗੱਲ, ਦੀਜ਼ ਵੈਲਿਊਜ਼ ਆਰ ਵੱਟ ਦੇ ਹੈਵ ਸੀਨ ਐਂਡ ਲਰਨਡ ਫਰੋਮ ਦੇਅਰ ਪੇਰੈਂਟਸ, ਟੀਚਰ ਅਤੇ ਸਾਰਿਆਂ ਤੋਂ, ਮਤਲਬ ਜਦੋਂ ਵੱਡੇ ਹੁੰਦੇ ਨੇ ਸਾਰਿਆਂ ਤੋਂ ਸਿੱਖਦੇ ਨੇ। ਮਤਲਬ ਗੱਲ ਇੱਥੇ ਹੈਲਪ ਦੀ ਹੈ। ਮੈਂ ਆਪਣੇ ਸਟੋਰੀ ਨੂੰ, ਕਿਊ ਕਾਰਡ ਨੂੰ, ਫੋਲੋ ਅਪ ਨੂੰ ਇੱਕ ਚੀਜ਼ 'ਤੇ ਐਂਡ ਕਰੂੰਗਾ ਸਾਰੇ ਬੱਚਿਆਂ ਨੂੰ ਕਹਿ ਕੇ। ਦੇਖੋ ਅੱਜ ਦਾ ਮੈਂ ਟੋਪਿਕ ਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ, ਪਾਰਟ 1 ਮੈਂ ਤੁਹਾਨੂੰ ਪੜ੍ਹਾਇਆ ਟੈਕਸਟਿੰਗ ਦਾ, ਸਾਰਿਆਂ ਨੂੰ ਪਤਾ ਹੈ ਟੈਕਸਟਿੰਗ ਦਾ। ਪਾਰਟ 2 ਮੈਂ ਤੁਹਾਨੂੰ ਪੜ੍ਹਾਇਆ ਕਿਊ ਕਾਰਡ ਇੱਕ ਹੈਲਪ ਅਦਰਸ ਵਾਲਾ। ਪਾਰਟ 3 'ਚ ਮੈਨੇ ਹੈਲਪਿੰਗ ਦੇ ਕੁਸ਼ਚਨ ਸੀ। ਮੇਰੀ ਬੇਨਤੀ ਹੈ, ਦੇਖੋ ਆਹ ਜਿਹੜਾ ਵਰਡ ਹੈ ਨਾ ਹੈਲਪ ਕਰਨਾ, ਆਪਣੇ ਲੋਕਾਂ ਨੂੰ ਸਿਖਾਇਆ ਗਿਆ, ਪਰ ਮੈਂ ਸਾਰੇ ਬੱਚਿਆਂ ਨੂੰ ਇੱਕ ਚੀਜ਼ ਕਹਿਣੀ ਚਾਹੁੰਦਾ, ਮੇਰੀ ਬੇਨਤੀ ਹੈ, ਮੈਨੂੰ ਨਹੀਂ ਪਤਾ ਮੇਰੀ ਗੱਲ ਨੂੰ ਤੁਸੀਂ ਕਿਵੇਂ ਲਓਗੇ, ਪਰ ਸੁਣੀਓ। ਇੱਕ ਨਾ ਬਾਜ ਸੀਗਾ, ਬਾਜ ਈਗਲ ਜਿਹਨੂੰ ਈਗਲ ਵੀ ਕਹਿੰਦੇ, ਠੀਕ ਹੈ, ਉੱਡ ਰਿਹਾ ਸੀ। ਬਾਜ ਨੇ ਧਰਤੀ 'ਤੇ ਨਿਗਾਹ ਮਾਰੀ, ਇੱਕ ਲਾਇਨ ਸੀਗਾ ਅਤੇ ਇੱਕ ਸ਼ੀਪ ਸੀ, ਭੇਡ ਅਤੇ ਲਾਇਨ ਦੋਨੇ ਆਪਸ 'ਚ ਖੇਡ ਰਹੇ ਸੀ।
ਬਾਜ਼ ਨੇ ਉੱਪਰੋਂ ਦੇਖਿਆ ਵੀ ਲਾਇਨ ਸ਼ੀਪ ਨਾਲ ਖੇਡ ਰਿਹਾ, ਇਹ ਕੀ ਗੱਲ ਬਣੀ? ਜਦੋਂ ਜਾ ਕੇ ਬਾਜ਼ ਨੇ ਪੁੱਛਿਆ ਵੀ ਤੁਸੀਂ ਕਿਵੇਂ, ਤਾਂ ਸ਼ੇਰ ਨੇ ਜਵਾਬ ਦਿੱਤਾ, ਮੈਂ ਜਦੋਂ ਬਚਪਨ ਦੇ ਵਿੱਚ ਮੇਰਾ ਜਨਮ ਹੋਇਆ, ਮੈਂ ਛੋਟਾ ਹੀ ਸੀ, ਮੇਰੀ ਮਾਂ ਦੀ ਡੈਥ ਹੋ ਗਈ ਸੀ, ਆ ਸ਼ੀਪ ਨੇ ਮੈਨੂੰ ਪਾਲਿਆ ਅਤੇ ਹੁਣ ਮੈਂ ਐਡਾ ਵੱਡਾ ਹੋ ਗਿਆ, ਮੈਂ ਸਾਰੀ ਉਮਰ ਸ਼ੀਪ ਦੀ ਰੱਖਿਆ ਕਰੂੰਗਾ, ਮੈਂ ਇਹਦੀ ਹੈਲਪ ਕਰੀ, ਇਹਨੇ ਸ਼ੀਪ ਨੇ ਮੇਰੀ ਹੈਲਪ ਕਰੀ ਸੀ, ਹੁਣ ਮੈਂ ਇਹਦੀ ਹੈਲਪ ਕਰੂੰਗਾ। ਆਹ ਗੱਲ ਸੁਣ ਕੇ ਬਾਜ਼ ਨੂੰ ਬੜਾ ਲੱਗਿਆ ਵੀ ਆਪਾਂ ਵੀ ਕਰਾਂਗੇ ਹੈਲਪ। ਬਾਜ਼ ਨੇ ਦੇਖਿਆ ਇੱਕ ਚੂਹਾ ਨਦੀ 'ਚ ਡੁੱਬ ਰਿਹਾ ਸੀ, ਬਾਜ਼ ਨੇ ਚੂਹੇ ਨੂੰ ਚੱਕਿਆ, ਕਿਸੇ ਸੇਫ ਜਗ੍ਹਾ 'ਤੇ ਲੈ ਗਿਆ, ਆਪਦੇ ਖੰਭਾਂ ਥੱਲੇ ਉਹਨੂੰ ਰੱਖ ਲਿਆ, ਜਦੋਂ ਤੱਕ ਉਹਨੂੰ ਠੰਡ ਲੱਗਣੋਂ ਹਟੂਗੀ। ਜਦੋਂ ਬਾਜ਼ ਨੇ ਉਹਨੂੰ ਠੰਡ ਲੱਗਣੋਂ ਹਟ ਗਈ, ਬਾਜ਼ ਉੱਡਣ ਲੱਗਿਆ ਨਾ, ਬਾਜ਼ ਤੋਂ ਉੱਡਿਆ ਨਹੀਂ ਗਿਆ। ਕਾਰਨ ਕੀ ਹੋ ਗਿਆ? ਆ ਚੂਹੇ ਨੇ ਨਾ, ਖਸਮ ਨੇ ਬਾਜ਼ ਨੇ ਨਾ ਖੰਭ ਕੁਤਰਤੇ, ਚੂਹੇ ਨੇ ਬਾਜ਼ ਦੇ ਖੰਭ ਕੁਤਰਤੇ, ਬਾਜ਼ ਵਿਚਾਰਾ ਉੱਡੇ ਨਾ, ਬਾਜ਼ ਤੁਰਦਾ 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 ਇੱਕ ਦਿਨ ਲਾਇਨ 'ਤੇ ਸ਼ੀਪ ਨੂੰ ਮਿਲ ਗਿਆ। ਸ਼ੀਪ ਕਹਿੰਦੀ ਉੱਡ ਕਿਉਂ ਨਹੀਂ ਰਿਹਾ? ਬਾਜ਼ ਨੇ ਸਾਰੀ ਕਹਾਣੀ ਦੱਸੀ, ਕਹਿੰਦਾ ਤੈਂ ਜਿਵੇਂ ਹੈਲਪ ਕਰੀ ਸੀ ਸ਼ੇਰ ਦੀ, ਸ਼ੇਰ ਤਾਂ ਤੇਰੇ ਨਾਲ ਰਹਿੰਦਾ ਭਾਈ, ਤੇਰੀ ਰੱਖਿਆ ਕਰਦਾ, ਮੈਂ ਚੂਹੇ ਦੀ ਹੈਲਪ ਕਰਤੀ ਤੀ, ਖਸਮ ਨੇ ਮੇਰੀ ਖੰਭ ਪੱਟਤੇ। ਤਾਂ ਸ਼ੀਪ ਨੇ ਕਿਹਾ, ਕਹਿੰਦੀ ਹੈਲਪ ਤਾਂ ਕਰਨੀ ਚਾਹੀਦੀ ਹੈ ਪਰ ਨਸਲ ਦੇਖ ਕੇ ਕਰਨੀ ਚਾਹੀਦੀ ਹੈ, ਕਿਉਂਕਿ ਕਈ ਲੋਕ ਇਹ ਵੇਟ 'ਚ ਨੇ ਵੀ ਤੁਸੀਂ ਉਹਨਾਂ ਦੀ ਮਾੜੀ ਜਿਹੀ ਹੈਲਪ ਕਰੋ, ਉਹ ਇੰਨੀ ਕੁ ਪਾਵਰ 'ਚ ਆ ਜਾਣ, ਨਾਲ ਦੀ ਨਾਲ ਤੁਹਾਨੂੰ ਕੁਚਲ ਦੇਣਗੇ। ਤਾਂ ਮੇਰੀ ਬੇਨਤੀ ਹੈ, ਕਹਿੰਦੇ ਹੁੰਦੇ ਨਾ ਜਿਹੜਾ ਲੈਸਨ ਮਿਲਦਾ ਉਹ ਵੀ ਬੈਡ ਲੈਸਨ ਤੋਂ ਹੀ ਮਿਲਦਾ ਹੁੰਦਾ ਹੈ ਨਾ, ਤਾਂ ਕਹਿਣ ਦਾ ਮਤਲਬ ਹੈ ਸਬਕ ਜਿਹੜੇ ਨੇ ਉਹ ਸਿੱਖੇ ਜਾਂਦੇ ਨੇ, ਕਿਸੇ ਤੋਂ ਸਿਖਾਏ ਨਹੀਂ ਜਾਂਦੇ। ਪਰ ਮੇਰੀ ਬੇਨਤੀ ਹੈ ਜੇ ਕਿਸੇ ਦੀ ਮਦਦ ਕਰਦੇ ਹੋ ਨਾ ਤਾਂ ਸੋਚ ਕੇ ਕਰਿਆ ਕਰੋ, ਅਤੇ ਗੱਲ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ, ਠੀਕ ਹੈ? ਅਤੇ ਐਟ ਦਾ ਐਂਡ ਕਰਦੇ ਆਪਾਂ, ਜਿੰਨੇ ਬੱਚਿਆਂ ਨੂੰ ਮੈਂ ਆਲਰੇਡੀ ਦੱਸਿਆ ਸੀ, ਹੁਣ ਮੈਂ ਕਲਾਸ ਤੋਂ ਐਂਡ 'ਤੇ ਵੀ ਕਹਿੰਦਾ, ਬੇਬੀ ਕੋਡ ਨੂੰ ਡਾਊਨਲੋਡ ਕਰੀਓ, ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਨਾ, ਰੀਡਿੰਗ, ਲਿਸਨਿੰਗ, ਰਾਈਟਿੰਗ, ਸਪੀਕਿੰਗ, ਸਭ ਕੁਛ ਇਹਦੇ 'ਤੇ ਤੁਹਾਨੂੰ ਮਿਲੂਗਾ। ਮੇਰਾ ਪ੍ਰੋਮੋ ਕੋਡ ਹੈ ਰਮਨ 777, ਲਾਉਂਗੇ ਇਸ ਐਪ ਦਾ ਤੁਹਾਨੂੰ ਅਨਲਿਮਿਟਡ ਐਕਸੈਸ ਮਿਲ ਜੂਗਾ। ਅਤੇ ਮੇਰੇ ਕਹਿਣ 'ਤੇ ਹੁਣ ਵੀਡੀਓ ਮੁੱਕ ਗਈ, ਡਾਊਨਲੋਡ ਕਰੋ, ਮੈਂ ਭਰੋਸਾ ਦਿੰਦਾ। 349 ਰੁਪਏ ਨੇ, 50 ਰੁਪਏ ਦਾ ਡਿਸਕਾਊਂਟ ਮੈਂ ਦੇ ਕੇ, ਕਿਉਂਕਿ 399 ਸੀ, ਇਸ ਐਪ ਦਾ ਤੁਹਾਨੂੰ ਐਕਸੈਸ ਦੇ ਰਿਹਾ। 1 ਮਹੀਨੇ 'ਚ ਆਇਲਸ ਕਲੀਅਰ ਕਰੋ ਅਤੇ ਆਪਣੀ ਡੈਸਟੀਨੇਸ਼ਨ 'ਤੇ ਜਾਓ। ਜੇ ਅੱਜ ਦਾ ਵੀਡੀਓ ਚੰਗਾ ਲੱਗਿਆ ਹੋਊਗਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਤੁਹਾਡੇ ਨਾਲ ਹਾਸੇ ਮਜ਼ਾਕ 'ਚ ਵੀਡੀਓ ਲੰਬਾ ਜ਼ਰੂਰ ਬਣ ਗਿਆ, ਪਰ ਜਿਹੜਾ ਬੱਚਾ ਇੱਥੇ ਤੱਕ ਮੇਰੀ ਵੀਡੀਓ ਦੇਖ ਕੇ ਵੱਗ ਗਿਆ ਨਾ, ਉਹ ਕਾਮਯਾਬ ਹੋਊਗਾ। ਤੁਹਾਡਾ ਭਰਾ ਰਮਨ ਕਹਿ ਰਿਹਾ, ਮੇਰੀਆਂ ਦੁਆਵਾਂ ਨੇ। ਥੈਂਕ ਯੂ ਵੈਰੀ ਮੱਚ, ਲੋਟਸ ਆਫ ਲਵ ਹਮੇਸ਼ਾ ਤੁਹਾਡੇ ਲਈ ਮੈਂ ਅਵੇਲੇਬਲ ਹਾਂ। ਥੈਂਕ ਯੂ।